ਪੰਜਾਬ ਦੇ ਵਿੱਚ 4 ਸੀਟਾਂ ਦੇ ਉੱਤੇ ਇਲੈਕਸ਼ਨ ਹੋਣ ਜਾ ਰਹੇ ਨੇ ਬਾਈ ਇਲੈਕਸ਼ਨ ਤੇ ਉਹਨਾਂ ਸੀਟਾਂ ਦੇ ਵਿੱਚੋਂ ਇੱਕ ਸੀਟ ਅਜਿਹੀ ਹੈ ਜਿਸ ਨੂੰ ਗੜ ਕਿਹਾ ਜਾਂਦਾ ਇੱਕ ਪਰਿਵਾਰ ਦਾ ਔਰ ਉਸ ਪਰਿਵਾਰ ਦੇ ਨਾਲ ਹੀ ਤਾਲੁਕ ਰੱਖਣ ਵਾਲਾ ਇੱਕ ਨੁਮਾਇੰਦਾ ਇਸ ਸੀਟ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਹੈ ਸੀਟ ਤੇ ਜਿਸ ਸ਼ਖਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਤੁਸੀਂ ਆਲਰੇਡੀ ਸਮਝ ਗਏ ਹੋਵੋਗੇ ਅਸੀਂ ਗਿੱਦੜਬਾਹਾ ਸੀਟ ਦਾ ਜ਼ਿਕਰ ਕਰ ਰਹੇ ਹਾਂ ਮਨਪ੍ਰੀਤ ਸਿੰਘ ਬਾਦਲ ਹੋਣਾ ਦਾ ਜ਼ਿਕਰ ਹੋ ਰਿਹਾ ਸਤਿ ਸ਼੍ਰੀ ਅਕਾਲ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਟੀਮ ਪਹੁੰਚੀ ਹੋਈ ਹੈ ਅੱਜ ਗਿੱਦੜਬਾਹਾ ਦੇ ਵਿੱਚ ਸਾਡੇ ਨਾਲ ਮਨਪ੍ਰੀਤ ਸਿੰਘ ਬਾਦਲ ਖੁਦ ਹੈਗੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ ਤੁਹਾਡਾ ਥੈਂਕ ਯੂ ਵੈਰੀ ਮੱਚ ਤੇ ਤੁਹਾਡੇ ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਤੇ ਤੁਹਾਡੀ ਸਤਿ ਸ਼੍ਰੀ ਅਕਾਲ ਚ ਜੋਸ਼ ਨਜ਼ਰ ਆ ਰਿਹਾ ਹੈ ਇੱਕ ਜੋਸ਼ ਤਾਂ ਨਹੀਂ ਕਹਿ ਸਕਦਾ ਪਰ ਮੈਂ ਕਹਿੰਦਾ ਕਿ ਇਹ ਜਿਹੜਾ ਜਿਸ ਹਲਕੇ 'ਚ ਆਪਾਂ ਬੈਠੇ ਹਾਂ ਜੀ ਜਦੋਂ ਦਾ ਮੈਨੂੰ ਹੋਸ਼ ਆਇਆ ਮੈਂ ਮੇਰਾ ਜਨਮ 1962 ਦਾ ਅਤੇ 4 ਸਾਲ ਦੇ ਬੱਚੇ ਨੂੰ ਹੋਸ਼ ਆਉਣਾ ਸ਼ੁਰੂ ਹੋ ਜਾਂਦਾ ਸੋਝੀ ਹੋ ਜਾਂਦਾ ਹਾਂ ਅਤੇ ਉਸ 1967 ਦਾ ਇਲੈਕਸ਼ਨ ਗਿੱਦੜਬਾਹਾ ਦਾ ਵੀ ਮੈਨੂੰ ਯਾਦ ਹੈ ਜਦੋਂ ਬਾਦਲ ਸਾਹਿਬ ਇੱਥੋਂ ਪਹਿਲੀ ਵਾਰ ਲੜੇ 5 ਮਰਤਬਾ ਉਹ ਇੱਥੋਂ MLA ਬਣੇ 4 ਮਰਤਬਾ ਮੈਂ ਬਣਿਆ ਸੋ ਮੇਰੀ ਇੱਕ ਜ਼ਿੰਦਗੀ ਦਾ ਜਿਹੜਾ ਸਾਰਾ ਇੱਕ ਕਿਸਮ ਦਾ ਨਿਚੋੜ ਸਮਝ ਲਓ ਇਸ ਹਲਕੇ ਨਾਲ ਜਿਹੜਾ ਰਿਸ਼ਤਾ ਹੈ ਉਹ ਪਿਆਰ ਦਾ ਰਿਸ਼ਤਾ ਹੈ ਮੁਹੱਬਤ ਦਾ ਰਿਸ਼ਤਾ ਹੈ ਸਿਆਸਤ ਦੇ ਰਿਸ਼ਤੇ ਤਾਂ ਕੱਚੇ ਹੁੰਦੇ ਆ ਪਰ ਜਿਹੜੇ ਮੁਹੱਬਤ ਦੇ ਰਿਸ਼ਤੇ ਹੁੰਦੇ ਆ ਉਹ ਨਿਭਦੇ ਅਤੇ ਨਿਭਾਏ ਜਾਂਦੇ ਆ ਜਿਹੜਾ ਲੋਕਾਂ ਦੇ ਦਰਮਿਆਨ ਮੈਂ ਜਾਣਾ ਰੋਜ਼ ਇਹਨਾਂ ਦੀਆਂ ਗਮੋਂ ਖੁਸ਼ੀਆਂ ਦੇ ਵਿੱਚ ਇਹਨਾਂ ਦੀਆਂ ਮੈਨੂੰ ਉਹਨਾਂ ਨੇ ਰਿਸ਼ਤੇਦਾਰੀਆਂ ਤੱਕ ਪਤਾ ਹੈ ਔਰ 3-3 ਪੀੜ੍ਹੀਆਂ ਦੀ ਵਾਬਸਤਗੀ ਹੈ ਇਸ ਹਲਕੇ ਦੇ ਲੋਕਾਂ ਨਾਲ ਸੋ ਕਹਿਣ ਦਾ ਮਤਲਬ ਕਿ ਇਹ ਰਾਜਨੀਤੀ ਤਾਂ ਇੱਕ ਅਲੱਗ ਗੱਲ ਹੈ ਪਰ ਇੱਕ ਇਹਨਾਂ ਨਾਲ ਇੱਕ ਹੋਰ ਕਿਸਮ ਦਾ ਵੀ ਰਿਸ਼ਤਾ ਹੈ ਜਿਹੜਾ ਕਿ ਬੜਾ ਮਜ਼ਬੂਤ ਹੈ ਮੈਂ ਰਿਸ਼ਤੇ ਵਾਲੇ ਪਾਸੇ ਆਵਾਂਗਾ ਪਰ ਆਮ ਤੌਰ 'ਤੇ ਬਾਦਲ ਸਾਹਿਬ ਵੀ ਕਿਹਾ ਜਾਂਦਾ ਕਿ ਜਦੋਂ ਤੁਸੀਂ ਕਿਸੇ ਕੰਮ ਨੂੰ ਕਰ ਰਹੇ ਹੋ ਉਹਦੇ ਵਿੱਚ ਕੋਈ ਗੜਬੜ ਹੋ ਜਾਵੇ ਤਾਂ ਫਿਰ ਸਿਆਣੇ ਕਹਿੰਦੇ ਨੇ ਕਿ ਬੈਕ ਟੂ ਬੇਸਿਕਸ ਕਿ ਤੁਸੀਂ ਆਪਣੇ ਬੇਸਿਕਸ ਦੇ ਉੱਪਰ ਆ ਜਾਓ ਕੰਮ ਕਰਨਾ ਸ਼ੁਰੂ ਕਰ ਦਿਓ ਕਿ ਮਨਪ੍ਰੀਤ ਬਾਦਲ ਉਹੀ ਕਰ ਰਹੇ ਨੇ ਕਿ ਜਿੱਥੇ ਜਿੱਥੇ ਬੇਸਿਕਸ ਜਿੱਥੋਂ ਤੁਹਾਡੇ ਤੁਸੀਂ ਸਿੱਖੇ ਚੀਜ਼ਾਂ ਜਾਂ ਜਿੱਥੋਂ ਸ਼ੁਰੂਆਤ ਕੀਤੀ ਤੁਹਾਨੂੰ ਲੱਗਿਆ ਕਿ ਹਾਂ ਠੀਕ ਹੈ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ ਅਤੇ ਬੈਕ ਟੂ ਬੇਸਿਕਸ ਗਿੱਦੜਬਾਹਾ ਵਾਪਸ ਆਉਣਾ ਪਿਆ ਨਹੀਂ ਮਤਲਬ ਬਦਕਿਸਮਤੀ ਨਾਲ ਜਾਂ ਖੁਸ਼ਕਿਸਮਤੀ ਨਾਲ ਇਹ ਗਿੱਦੜਬਾਹਾ ਦਾ ਬਾਈ ਇਲੈਕਸ਼ਨ ਆ ਗਿਆ ਕੋਈ ਇਹ ਪਲੈਨ ਤਾਂ ਨਹੀਂ ਸੀ ਕਿ ਬੇਸ ਬਟ ਕਿਉਂਕਿ ਗਿੱਦੜਬਾਹਾ ਦਾ ਬਾਈ ਇਲੈਕਸ਼ਨ ਸੀ ਮੈਂ ਇੱਥੋਂ 5 ਮਰਤਬਾ ਇਸ ਤੋਂ ਇਲੈਕਸ਼ਨ ਲੜ ਚੁੱਕੇ ਹਾਂ ਬਿਲਕੁਲ ਤਾਂ ਪਾਰਟੀ ਨੇ ਮੁਨਾਸਿਬ ਸਮਝਿਆ ਕਿ ਅਸੀਂ ਉਸ ਬੰਦੇ ਨੂੰ ਟਿਕਟ ਦੇਈਏ ਜਿਹੜੇ ਕਿ ਇਸ ਹਲਕੇ ਨੂੰ ਅੱਛੀ ਤਰ੍ਹਾਂ ਜਾਣਦੇ ਆ ਔਰ ਮੈਂ ਤੁਹਾਡੇ ਜਿਹੜੇ ਕਾਲਾ ਕੈਮਰਾ ਹੈ ਇਹਦੀਆਂ ਅੱਖਾਂ ਦੇ ਜ਼ਰੀਏ ਤੁਹਾਡੇ ਸੁਣਨ ਵਾਲਿਆਂ ਨੂੰ ਕਹਾਂਗਾ ਕਿ ਮਨਪ੍ਰੀਤ ਗਿੱਦੜਬਾਹਾ ਦੇ ਵਿੱਚ ਜਾਂ BJP ਪਾਰਟੀ ਗਿੱਦੜਬਾਹਾ ਦੇ ਵਿੱਚ ਕੇਵਲ ਇਲੈਕਸ਼ਨ ਜਿੱਤਣ ਨਹੀਂ ਆਈ ਅਸੀਂ ਲੋਕਾਂ ਦੇ ਦਿਲ ਜਿੱਤ ਕੇ ਜਾਣੇ ਆ ਲੋਕਾਂ ਦੇ ਦਿਲ ਜਿੱਤਣ ਵਾਸਤੇ ਆਏ ਨਾ ਕਿ ਇਲੈਕਸ਼ਨ ਲੜਨ ਵਾਸਤੇ ਆਏ ਇਹ ਤੁਹਾਡਾ ਸਟਾਈਲ ਹੈ ਜਿਹੜਾ ਤੁਸੀਂ ਇਸ ਤਰੀਕੇ ਨਾਲ ਲੋਕਾਂ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਹੋ ਨਹੀਂ ਕੋਸ਼ਿਸ਼ ਨਹੀਂ ਹੈ ਇਹ ਬਚਪਨ ਤੋਂ ਹੀ ਜਿਸ ਤਰ੍ਹਾਂ ਮੈਂ ਕਿਹਾ ਕਿ ਇਸ ਇਹਨਾਂ ਲੋਕਾਂ ਨਾਲ ਸਾਡੀ ਇੱਕ ਰਵਾਦਾਰੀ ਹੈ ਇੱਕ ਕਿਸਮ ਨਾਲ ਇਹਨਾਂ ਨਾਲ ਸਾਡੀ ਜਿਹੜਾ ਬਾਦਲ ਸਾਹਿਬ ਦਾ ਜਾਂ ਮੇਰਾ ਇਹਨਾਂ ਨਾਲ ਜਿਹੜਾ ਰਿਸ਼ਤਾ ਹੈ ਜਿਹੜਾ ਮਨਸੂਬ ਹੁੰਦਾ ਹੈ ਉਹ ਪਿਆਰ ਮੁਹੱਬਤ ਦਾ ਰਿਸ਼ਤਾ ਹੈ ਔਰ ਪਿਆਰ ਮੁਹੱਬਤ ਦੇ ਜਿਵੇਂ ਮੈਂ ਕਿਹਾ ਰਿਸ਼ਤੇ ਇਹ ਨਿਭਣਗੇ ਨਿਭਾਏ ਜਾਂਦੇ ਆ ਔਰ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਜੰਮਣ ਵਾਲੀ ਮਾਂ ਅਤੇ ਜੰਮਣ ਵਾਲੀ ਥਾਂ ਇਹ ਕਿਤੇ ਭੁੱਲਦੇ ਨੇ ਔਰ ਇਹ ਜਿਹੜੇ ਰੂਹਾਂ ਦੇ ਜਿਹੜੇ ਰਿਸ਼ਤੇ ਹੁੰਦੇ ਆ ਮਿੱਟੀ ਨਾਲ ਰੂਹਾਂ ਦੇ ਵੀ ਰਿਸ਼ਤੇ ਹੁੰਦੇ ਆ ਮੇਰੀ ਰੂਹ ਦਾ ਇਸ ਮਿੱਟੀ ਨਾਲ ਰਿਸ਼ਤਾ ਤੁਸੀਂ 10 ਸਾਲ 12 ਸਾਲ ਦੇਖੋ ਗੱਲ ਇਹ ਕਿ ਇਸ ਸਮੇਂ ਪੋਲੀਟੀਕਲ ਗੱਲਾਂ ਵੀ ਹੋਣਗੀਆਂ ਇਸ ਇੰਟਰਵਿਊ ਦੇ ਵਿੱਚ ਜਿਹੜੇ ਤੁਹਾਡੇ ਓਪੋਨੈਂਟਸ ਨੇ ਉਹ ਜ਼ਿਕਰ ਕਰਦੇ ਨੇ ਕਿ ਤੁਸੀਂ 10-12 ਸਾਲ ਫਿਰ ਕਿਉਂ ਇੱਥੋਂ ਦੂਰ ਰਹੇ ਕਿਸਨੇ ਤੁਹਾਨੂੰ ਦੂਰ ਕਰ ਦਿੱਤਾ ਸੀ ਨਹੀਂ ਕੀਤਾ ਸੀ ਕਹਿੰਦੇ ਤੁਹਾਨੂੰ ਪੋਲੀਟੀਕਲੀ ਲੱਗਿਆ ਕਿ ਹਾਂ ਬਠਿੰਡਾ ਸ਼ਹਿਰ ਜ਼ਿਆਦਾ ਬੈਟਰ ਹੈ ਤੁਸੀਂ ਉੱਥੇ ਚਲੇ ਗਏ ਨਹੀਂ ਹੁਣ ਤੁਹਾਨੂੰ ਪੋਲੀਟੀਕਲੀ ਠੀਕ ਲੱਗ ਰਿਹਾ ਕਿ ਮੈਂ ਗਿੱਦੜਬਾਹਾ ਚਲੇ ਜਾਵਾਂ ਤੁਸੀਂ ਵਾਪਸ ਆ ਗਏ ਪੋਲੀਟੀਕਲੀ ਠੀਕ ਜਾਂ ਨਹੀਂ ਦਰਅਸਲ ਮੈਂ 20 ਸਾਲ ਇੱਥੇ MLA ਰਿਹਾ ਮਤਲਬ 4 ਟਰਮ ਰਿਹਾ ਬਿਲਕੁਲ 95 ਹਾਂ ਔਰ ਸ਼ਾਇਦ ਮੈਨੂੰ ਲੱਗਦਾ ਕਿ ਇੱਕ ਸਾਡੇ ਇਲਾਕੇ 'ਚ ਜਿਹੜੇ ਖੇਤ ਮਜ਼ਦੂਰ ਹੁੰਦੇ ਉਹਨਾਂ ਨੂੰ ਸੀਰੀ ਕਹਿ ਦਿੰਦੇ ਬਿਲਕੁਲ ਇੱਕ ਸੀਰੀ ਵੀ ਨਾ 1.5 ਘੰਟੇ ਬਾਅਦ ਆਪਣੀ ਢੋਈ ਚੱਕ ਲੈਂਦਾ ਇੱਕ ਦਮ ਲੈ ਲੈਂਦਾ ਮੈਂ 20 ਸਾਲ ਢੋਈ ਚੱਕ ਕੇ ਨਹੀਂ ਦੇਖੀ
मैं गिदड़बा हल्के और मेरे दिमाग च एक दिन भी गौरव ये मतलब एक दिन भी ये गल क्रॉस नहीं की थी कि मैं इतने MLA हैं या मैं वजीर हैं या मैं कोई इतों का लीडर है। मैनू लगता सी मेरा परिवार है यार और मैं इन्हों के कम करने हैं और मैं वो कमां की फहरिस्त नहीं गिनाऊंगा कि मैं इतने यार जेडे मतलब 20 साल कम होए पर जो मैं फिर इलेक्शन हार गया पंजवा इलेक्शन हार गया क्योंकि मैं पीपल पार्टी अपनी पार्टी उ खड़ी की सी तो वोट जेडे वंडे गए पर मेरा दिल टुट गया कि इन्ने कम करने के बावजूद भी जे अपना इस हल्के च लोगों ने वोटा नहीं पाइया तो कोई हल्का होर तलाश करो गिला होया तो नहीं मेरा दिल टुटिया उन्हें लोगों का तो की कसूर है मतलब लोग आजाद भी तो जीत ही जाते थोनू यकीन नहीं आएगा कि इस हल्के च जिहड़े हालात सी इत्थे नरमा होणों हट गया सी खेती हुंदी नहीं सी खर्चे मुल पै मतलब उत्ते पै जांदे सी तां इस हल्के दे विच फिर असी कहा भी नरमा नहीं होना इत्थे ट्यूबवैल कने कोई 18,000 ट्यूबवैल कनैक्शन जिहड़ा इस हल्के च दित्ता सिर्फ गिदड़बा ब्लॉक च अज जिहड़े तुसी गिदड़बा च कोठियां देखदे हो या खुशहाली देखदे हो उस वजह नाल है ਇੱਥੋਂ ਦਾ ਪਾਣੀ ਟੈਸਟ ਕਰਾਇਆ ਇਸ ਪਾਣੀ 'ਚ ਜ਼ਹਿਰ ਸੀਗਾ ਜੀ ਲੈਡ ਯੂਰੇਨੀਅਮ ਆਰਸਨਿਕ ਪਹਿਲਾ ਇੰਡੀਆ ਦਾ ਹਲਕਾ ਜਿੱਥੇ ਰਿਵਰਸ ਓਸਮੋਸਿਸ ਪਲਾਂਟਸ ਲੱਗੇ ਲਿਫਟ ਪੰਪ ਦੀਆਂ ਸਕੀਮਾਂ ਨਵੀਆਂ ਨਹਿਰਾਂ ਨਿਕਲੀਆਂ ਸੜਕਾਂ ਬਿਜਲੀ ਘਰ ਮਤਲਬ ਜੋ ਤੁਸੀਂ ਸੋਚ ਸਕਦੇ ਹੋ ਸੋ ਇੰਨੇ ਕੰਮ ਕਰਾ ਕੇ ਵੀ ਮੈਨੂੰ ਜਦੋਂ ਲੱਗਿਆ ਕਿ ਯਾਰ ਇਹ ਤਾਂ ਫਿਰ ਲੋਕਾਂ ਨੇ ਇਹ ਕੰਮ ਦੀ ਜਿਹੜੀ ਕਦਰ ਨਹੀਂ ਪਾਈ ਤਾਂ ਇਹ ਕਈ ਵਾਰੀ ਦਿਲ ਜਿਹੜਾ ਦੋਨੇ ਪਾਸੇ ਟੁੱਟ ਜਾਂਦਾ ਵੋਟਰ ਦਾ ਨਹੀਂ ਟੁੱਟਦਾ ਲੀਡਰ ਦਾ ਵੀ ਟੁੱਟਦਾ ਸੋ ਇਸ ਕਰਕੇ ਮੈਂ ਫਿਰ ਕਿਹਾ ਕੋਈ ਨਵਾਂ ਹਲਕਾ ਤਲਾਸ਼ ਕਰ ਤੁਹਾਨੂੰ ਰਿਗਰੈਟ ਹੈ ਕਿ ਤੁਸੀਂ 2012 ਤੋਂ ਬਾਅਦ ਗਿੱਦੜਬਾਣ ਨੂੰ ਛੱਡਿਆ ਹੋਰ ਕਿਤੇ ਗਏ ਨਹੀਂ ਕੋਈ ਰਿਗਰੈਟ ਨਹੀਂ ਹੈ ਜੀ ਕੋਈ ਰਿਗਰੈਟ ਨਹੀਂ ਕੋਈ ਰਿਗਰੈਟ ਨਹੀਂ ਰਿਗਰੈਟ ਹੈ PPP ਰਿਗਰੈਟ ਇਹ ਹੈ ਕਿ ਮਤਲਬ ਮੈਥੋਂ ਜਿਹੜਾ ਪਾਪ ਹੋ ਗਿਆ ਪਾਪ ਇਹ ਹੋ ਗਿਆ ਕਿ ਮੈਂ ਪੰਜਾਬ ਨਾਲ ਪਿਆਰ ਕਰ ਬੈਠਾ ਮੈਂ ਪੰਜਾਬ ਦਾ ਫਿਕਰ ਕਰ ਬੈਠਾ ਔਰ ਕਈ ਵਾਰੀ ਇਹ ਹੱਥਾਂ ਦੀਆਂ ਲਕੀਰਾਂ ਹੁੰਦੀਆਂ ਮਤਲਬ ਮੈਂ ਪਹਿਲੀ ਵਾਰੀ ਮੰਤਰੀ ਬਣਿਆ ਜੇ ਮੈਂ ਨਹਿਰਾਂ ਦਾ ਮੰਤਰੀ ਬਣ ਜਾਂਦਾ ਮੈਂ ਖੇਡਾਂ ਦਾ ਮੰਤਰੀ ਬਣ ਜਾਂਦਾ ਮੈਂ ਹਸਪਤਾਲਾਂ ਦਾ ਬੜਾ ਸੌਖਾ ਹੋਣਾ ਸੀ ਮਤਲਬ ਖੇਡਾਂ ਦਾ ਮੰਤਰੀ ਮੈਂ ਕਬੂਤਰ ਉਡਾਉਣੇ ਟੇਪ ਕੱਟੀ ਖੇਡਾਂ ਦੇਖ ਕੇ ਵਾਪਸ ਆ ਬਦਕਿਸਮਤੀ ਨਾਲ ਮੈਂ ਖਜ਼ਾਨੇ ਦਾ ਮੰਤਰੀ ਬਣ ਗਿਆ ਜਦੋਂ ਮੈਂ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਦੇਖੇ ਤਾਂ ਮੈਂ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਲੋਕੋ ਅਸੀਂ ਤਾਂ ਪੱਟੇ ਗਏ ਸਾਡੇ ਕੋਲ ਕੱਖ ਨਹੀਂ ਰਹਿ ਗਿਆ ਜਿਹਨੂੰ ਆਪਾਂ ਆਹ ਕਟਾਈਏ ਉਹ ਕਟਾਈਏ ਖਰਚੇ ਕਟਾਈਏ ਆਮਦਨ ਵਧਾਈਏ ਲੋਕ ਇਹ ਗੱਲਾਂ ਸੁਣ ਕੇ ਰਾਜ਼ੀ ਨਹੀਂ ਹੈ ਇਹਨੂੰ ਜੇ ਕਿਤੇ ਮੈਂ ਖਜ਼ਾਨੇ ਦਾ ਮੰਤਰੀ ਨਾ ਹੁੰਦਾ ਤਾਂ ਹੋ ਸਕਦਾ ਮੇਰੀ ਬਾਦਲ ਸਾਹਿਬ ਨਾਲ ਵੀ ਕੋਈ ਲੜਾਈ ਨਾ ਹੁੰਦੀ ਪਰ ਨਾ ਬਾਦਲ ਸਾਹਿਬ ਨਾਲ ਮੇਰਾ ਕੀ ਵੈਰ ਸੀਗਾ ਮੈਂ ਤਾਂ ਖਜ਼ਾਨੇ ਦਾ ਮੰਤਰੀ ਸੀ ਮੇਰੇ ਉੱਤੇ ਆਇਆ ਜੀ ਸੀ ਔਰ ਤੁਸੀਂ ਕਿਤੇ ਤੁਸੀਂ ਗੌਰਵ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜੇ ਅੱਜ ਕਰਜ਼ੇ ਦਾ ਆਪਾਂ ਜ਼ਿਕਰ ਕਰਦੇ ਹਾਂ ਕਿ ਪੰਜਾਬ ਦੇ ਤੁਸੀਂ 2010 ਚ ਦੇਖੀ ਸੋਚ ਲਈ ਮੈਂ ਅੱਜ ਤੋਂ 15 ਸਾਲ ਕਈਆਂ ਸੀ ਪਹਿਲਾਂ ਮੈਨੂੰ ਜੋ ਨਜ਼ਰ ਆ ਰਹੀਆਂ ਸੀ ਉਹ ਪੰਜਾਬ ਦੇ ਅੱਜ ਸਾਹਮਣੇ ਆਈਆਂ ਪਰ ਮੈਂ ਮੈਨੂੰ ਇਸ ਗੱਲ ਦਾ ਮੈਂ ਤਕਦੀਰ ਦਾ ਮਤਲਬ ਤਕਦੀਰ ਦੀ ਕਈ ਵਾਰੀ ਮਾਰ ਹੁੰਦੀ ਕਿ ਮੈਂ ਖਜ਼ਾਨੇ ਦਾ ਮੰਤਰੀ ਬਣ ਗਿਆ ਜੇ ਮੈਂ ਖੇਡਾਂ ਦਾ ਨਹਿਰਾਂ ਦਾ ਜੰਗਲਾਤ ਦਾ ਹੁੰਦਾ ਤਾਂ ਮੈਨੂੰ ਨਾ ਮੈਨੂੰ ਪਤਾ ਚੱਲਣਾ ਸੀ ਨਾ ਮੈਂ ਰੌਲੇ ਪਾਉਣੇ ਸੀ ਨਾ ਮੇਰਾ ਬਾਦਲ ਸਾਹਿਬ ਨਾਲ ਕੋਈ ਵਿਛੋੜਾ ਹੋਣਾ ਸੀ ਪਰ ਮੇਰਾ ਬਾਦਲ ਸਾਹਿਬ ਨਾਲ ਕੀ ਮੇਰੇ ਤਾਂ ਤਾਇਆ ਜੀ ਸੀ ਮੈਨੂੰ ਤਾਂ ਉਹਨਾਂ ਨੇ MLA FM ਬਣਾਇਆ ਪਰ ਮੈਂ ਸਿਰਫ ਇਹੀ ਬਾਦਲ ਸਾਹਿਬ ਨੂੰ ਕਹਿੰਦਾ ਸੀ ਕਿ ਆਪਾਂ ਇਹਨੂੰ ਦਰੁਸਤ ਕਰੀਏ ਜੀ ਔਰ ਉਸ ਵੇਲੇ ਦੇ ਜਿਹੜੇ ਜਾਂ ਲੋਕ ਜਾਂ ਵੈਸੇ ਵੀ ਅੱਜ ਵੀ ਲੋਕ ਜਿਹੜੇ ਹੈ ਪੰਜਾਬ ਦੇ ਹਾਲਾਤ ਨੂੰ ਕੋਈ ਕਿਸੇ ਨੂੰ ਇਸ ਗੱਲ 'ਚ ਦਿਲਚਸਪੀ ਨਹੀਂ ਹੈ ਨਹੀਂ ਪਰ ਤੁਸੀਂ ਖੁਦ ਰਹੇ 8-9 ਸਾਲ ਤੁਹਾਡੇ ਕੋਲ ਖਜ਼ਾਨਾ ਮੰਤਰਾਲਾ ਰਿਹਾ ਜੀ ਕਿੰਨਾ ਲੀਆਂ ਤੇ ਲਿਆਏ ਫਿਰ ਤੁਸੀਂ ਜਿੰਨਾ ਚਿਰ ਵੀ ਰਹੇ ਤਾਂ ਪੰਜਾਬ ਨਾਲ ਵਫਾਦਾਰੀ ਕੀਤੀ ਪਰ ਦੇਖੋ ਗੱਲ ਇਹ ਲਗਾਤਾਰ ਹੁੰਦੀ ਹੈ ਕਿ ਕਰਜ਼ਾ ਤਾਂ ਵੱਧਦਾ ਹੀ ਗਿਆ ਪੰਜਾਬ ਦੇ ਉੱਤੇ ਕਰਜ਼ਾ ਵੱਧਦਾ ਗਿਆ 2017 ਤੋਂ 2022 ਤੱਕ ਦਾ ਬਹੁਤ ਜ਼ਿਕਰ ਹੁੰਦਾ ਜਦੋਂ ਕਾਂਗਰਸ ਦੇਖੋ ਯਾਰ ਦੇਖੋ ਉਹ ਕਹਿੰਦਾ ਬਹੁਤ ਕਰਨਾ ਪੜਤਾ ਹੈ ਖੂਨ ਪਸੀਨਾ ਆਪਣਾ ਕਿਸਮਤ ਯੂੰ ਹੀ ਥੋੜ੍ਹੀ ਨਾ ਚਮਕ ਜਾਤੀ ਹੈ ਹੁਣ ਜਿਹੜੇ ਕੋਈ ਕਹਿ ਰਹੇ ਹੋ ਕਿ ਹੁਣ ਐਡਵਾਈਜ਼ਰ ਲਾ ਲਏ ਹੁਣ ਉਹ ਲਾ ਲਏ ਉਹ ਸਾਨੂੰ ਯਾਰ ਇਹਦੇ 'ਚ ਕੋਈ ਰੋਕਟ ਸਾਇੰਸ ਨਹੀਂ ਹੈ ਤੁਸੀਂ ਤੁਹਾਡੇ ਬੱਚੇ ਹੈ ਤੁਸੀਂ ਆਪਣੀ ਕਬੀਲਦਾਰੀ ਚਲਾਉਂਦੇ ਹੋ ਬਿਲਕੁਲ ਤੁਹਾਨੂੰ ਪਤਾ ਹੈ ਯਾਰ ਕਿ ਕਬੀਲਦਾਰੀ ਕਿੰਨੀ ਔਖੀ ਚੱਲਦੀ ਹੈ ਘਰ ਘਰ ਬੰਨਣੇ ਕਿੰਨੇ ਔਖੇ ਹੁੰਦੇ ਜੇ ਘਰ ਬੰਨਣੇ ਔਖੇ ਤਾਂ ਦੇਸ਼ ਬੰਨਣੇ ਕਿੰਨੇ ਔਖੇ ਹੋਣਗੇ ਦੇਸ਼ ਤਾਂ ਉਦੋਂ ਹੀ ਬੰਨੇ ਜਾਣਗੇ ਜਦੋਂ ਦੇਸ਼ ਦਾ ਬੱਚਾ ਬੱਚਾ ਮਿਹਨਤ ਕਰੂਗਾ ਔਰ ਇਸ ਕੰਮ ਨੂੰ ਲੱਗੂਗਾ ਪੰਜਾਬ ਦੀ ਜਿਹੜੀ ਪੋਲੀਟਿਕਸ ਹੈ ਜੀ
ਅਨਫੋਰਚੂਨੇਟਲੀ ਜਿਹੜਾ ਵੀ ਆਉਂਦਾ ਹੈ ਉਹ ਕਹਿੰਦਾ ਯਾਰ ਮੈਨੂੰ ਫੜਾਓ ਪੰਜਾਬ ਤੇ ਟੱਲੀ ਵਰਗਾ ਬਣਾ ਦਾਂਗੇ। ਅੱਜ ਤਾਈਂ ਲੋਕਾਂ ਨੂੰ ਕਿਸੇ ਨੇ ਨਹੀਂ ਕਿਹਾ ਯਾਰ ਕਿ ਮਿਹਨਤ ਕਰੀਏ ਯਾਰ, ਔਰ ਮਿਹਨਤ ਤੇ ਮੁਹੱਬਤ ਨਾਲ ਆਉਣ ਵਾਲੀਆਂ ਨਸਲਾਂ ਦਾ ਅਸੀਂ ਆਪਣੇ ਨਾਲ ਉਹਨਾਂ ਦਾ ਭਵਿੱਖ ਬਣਾਉਣਾ। ਚਲੋ ਮੈਂ ਰਿਗਰੈਟ ਦਾ ਜ਼ਿਕਰ ਕਰ ਰਿਹਾ ਸੀ, ਪੀਪੀਪੀ ਬਣਾਉਣ ਦਾ ਰਿਗਰੈਟ ਹੈ, ਅਕਾਲੀ ਦਲ ਛੱਡਣ ਦਾ ਰਿਗਰੈਟ ਹੈ? ਸਭ ਤੋਂ ਜ਼ਿਆਦਾ ਖੁਸ਼ੀ ਹੈ ਜਦੋਂ ਪੀਪੀਪੀ ਬਣਾਈ। ਤੇ ਅਕਾਲੀ ਦਲ ਛੱਡਣ ਦਾ ਰਿਗਰੈਟ ਕਦੇ ਹੋਇਆ? ਉਸ ਵੇਲੇ ਨਹੀਂ, ਉਹ ਤਾਂ ਕਦੀ ਵੀ ਨਹੀਂ ਹੋਇਆ, ਮੈਂ ਜ਼ਿੰਦਗੀ ਚ ਕਦੇ ਰਿਗਰੈਟ ਨਹੀਂ ਕੀਤਾ। ਤੁਹਾਡੀਆਂ ਬਹੁਤ ਚਰਚਾਵਾਂ ਪਿੱਛੇ ਜੇ ਛਿੜ ਪਈਆਂ ਕਿ ਤੁਸੀਂ ਵਾਪਸ ਅਕਾਲੀ ਦਲ ਦੇ ਵਿੱਚ ਜਾ ਸਕਦੇ ਹੋ। ਇਹ ਤਾਂ ਪ੍ਰੈਸ ਦੀਆਂ ਹੀ, ਇਹ ਤਾਂ ਥੋੜੀਆਂ ਕਿਆਸ ਰਹੀਆਂ ਸੀ, ਪਰ ਜਿਹੜੀ ਪੀਪੀਪੀ ਔਰ ਜਿਹੜੇ ਆਦਰਸ਼ਾਂ ਨੂੰ ਲੈ ਕੇ ਅਸੀਂ ਚੱਲੇ ਸੀ, ਮੈਂ ਕਾਸ਼ ਕਿਤੇ ਲੋਕ ਉਸ ਸੋਚ ਮਗਰ ਲੱਗ ਜਾਂਦੇ, ਪਰ ਇਹ ਉਹਨਾਂ ਦੀ ਕਿਸਮਤ ਜਾਂ ਮੇਰੀ ਕਿਸਮਤ ਕਿ ਲੋਕ ਉਹ ਜਿਹੜੀਆਂ ਮੈਂ ਗੱਲਾਂ ਕਹਿੰਦਾ ਮਿਹਨਤ ਤੇ ਮੁਹੱਬਤ ਤੇ ਉਹ ਚਲੋ ਉਹਦਾ ਜੇ ਕੋਈ ਹੈ ਨਹੀਂ ਕਦਰਦਾਨ ਤਾਂ ਫਿਰ ਆਪਾਂ ਕੀ ਕਰ ਸਕਦੇ। ਚਲੋ ਮੈਂ ਥੋੜ੍ਹਾ ਜਿਹਾ ਗਿੱਦੜਬਾਹਾ ਵਾਲੇ ਪਾਸੇ ਫੋਕਸ ਕਰ ਲਵਾਂ। ਤੁਸੀਂ ਆਲਰੇਡੀ ਇੱਕ ਬਹੁਤ ਵੱਡਾ ਨਾਮ ਹੈਗੇ ਹੋ, ਪੈਰਲਰ ਅੰਮ੍ਰਿਤਾ ਵੜਿੰਗ ਦੀ ਟਿਕਟ ਅਨਾਊਂਸ ਹੋ ਚੁੱਕੀ ਹੈ ਕਾਂਗਰਸ ਦੇ ਵੱਲੋਂ, ਡਿੰਪੀ ਢਿੱਲੋਂ ਜੀ ਆਮ ਆਦਮੀ ਪਾਰਟੀ ਦੇ ਵੱਲੋਂ, ਇਸ ਫਾਈਟ ਨੂੰ ਕਿਵੇਂ ਦੇਖਦੇ ਹੋ? ਯਾਰ ਇਹ ਦਰਅਸਲ ਜਿਹੜੀ ਫਾਈਟ ਹੈ ਇਹ ਤਾਂ ਗਿੱਦੜਬਾਹ ਦੇ ਵੋਟਰ ਜਿਹੜੇ ਹੈ ਜਾਂ ਗਿੱਦੜਬਾਹ ਦੀ ਆਵਾਮ ਨੇ ਇਹਦਾ ਫੈਸਲਾ ਕਰਨਾ ਹੈ। ਇਹ ਨਾ ਰਾਜੇ ਵੜਿੰਗ ਨੇ ਫੈਸਲਾ ਕਰਨਾ, ਨਾ ਮਨਪ੍ਰੀਤ ਨੇ ਜਾਂ ਢਿੱਲੋਂ ਨੇ। ਔਰ ਹਮੇਸ਼ਾ ਇੱਕ ਗ੍ਰੰਥਾਂ 'ਚ ਗੱਲ ਲਿਖੀ ਹੈ, ਤੁਸੀਂ ਵੀ ਨੋਟ ਕਰ ਲਿਆ ਜੇ ਕਿ ਹੰਕਾਰ ਦਾ ਅਤੇ ਪਰਮਾਤਮਾ ਦਾ ਵੈਰ ਪੈ ਜਾਂਦਾ, ਯੂ ਨੋ, ਵੱਡੇ ਬੋਲ ਨਾ ਬੋਲੀਏ, ਪਰਮਾਤਮਾ ਨਾ ਪਸੰਦ ਕਰਦਾ। ਸੋ ਇਹ ਤਾਂ ਲੋਕਾਂ ਦੇ ਹੱਥ 'ਚ ਹੁੰਦੀ ਹੈ, ਸਾਡੇ ਵਾਸਤੇ ਥੋੜ੍ਹੀ ਹੈ। ਅਸੀਂ ਤਾਂ ਆਪਣਾ ਸੁਨੇਹਾ ਜਿਹੜਾ ਕੋਸ਼ਿਸ਼ ਹੈ ਔਰ ਜਿੰਨੀ ਮੁਮਕਿਨ ਹੋ ਸਕੇ ਕਿ ਜੋ ਮੋਦੀ ਸਾਹਿਬ ਦਾ ਬੀਜੇਪੀ ਪਾਰਟੀ ਦਾ ਸੁਨੇਹਾ ਹੈ ਉਹ ਅਸੀਂ ਕਰ ਲੈ ਕੇ ਜਾਈਏ। ਸਰਪੰਚੀ ਦੇ ਇਲੈਕਸ਼ਨ ਹੋ ਕੇ ਹਟੇ ਹੈ, ਮੈਨੂੰ ਲੱਗਦਾ ਤਿੰਨ ਪਲੈਨ ਤਾਂ ਕੋਈ ਪਿੰਡ ਦੀ ਸਰਪੰਚੀ ਨਹੀਂ ਕਿਸੇ ਨੂੰ ਮਿਲਦੀ। ਮੋਦੀ ਜੀ ਨੂੰ ਜੇ ਤਿੰਨ ਮਰਤਬਾ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਬਣੇ ਹੈ ਤਾਂ ਕੋਈ ਨਾ ਕੋਈ ਕਲਾ ਕੁਦਰਤ ਤਾਂ ਇਨਸਾਨ 'ਚ ਹੋਣੀ ਹੈ ਨਾ। ਸ਼ਕਲ ਵੇਖ ਕੇ ਤਾਂ ਕੋਈ ਵੋਟ ਨਹੀਂ ਪਾਉਂਦਾ, ਕੋਈ ਨਾ ਕੋਈ ਹਿੰਦੁਸਤਾਨ ਵਾਸਤੇ ਉਹਨਾਂ ਨੇ ਕੋਈ ਬਿਹਤਰੀ ਕੀਤੀ ਹੋਣੀ ਜਿਹੜਾ ਲੋਕ ਉਹਨਾਂ ਨੂੰ ਵੋਟਾਂ ਪਾ ਰਹੇ ਹੈ, ਚਾਹੇ ਉਹ ਲੋਕ ਭਲਾਈ ਦੇ ਕੰਮ ਹੈ ਜਾਂ ਉਹ ਹਿੰਦੁਸਤਾਨ ਨੂੰ ਇੱਜ਼ਤ ਦਿਵਾਉਣ ਦਾ ਕੰਮ ਹੈ, ਹਿੰਦੁਸਤਾਨ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਦਾ ਕੰਮ ਹੈ। ਹਿੰਦੁਸਤਾਨ ਨੇ ਬੜੀ ਤਰੱਕੀ ਕਰਨੀ ਹੈ, ਹਿੰਦੁਸਤਾਨ ਨੂੰ ਹੁਣ ਕੋਈ ਰੋਕ ਨਹੀਂ ਸਕਦਾ। ਹਿੰਦੁਸਤਾਨ ਉਹ ਹਿੰਦੁਸਤਾਨ ਨਹੀਂ ਰਹਿਣਾ ਜਿਹੜਾ ਤੁਸੀਂ ਅਤੇ ਮੈਂ ਦੇਖਦੇ ਹਾਂ। ਸਵਾਲ ਸਿਰਫ ਇੰਨਾ ਹੈ ਕਿ ਉਸ ਹਿੰਦੁਸਤਾਨ 'ਚ ਪੰਜਾਬ ਦਾ ਕੀ ਮੁਕਾਮ ਹੋਏਗਾ, ਸਵਾਲ ਸਿਰਫ ਇੰਨਾ ਹੀ ਹੈ। ਤੁਸੀਂ ਜ਼ਿਕਰ ਬੀਜੇਪੀ ਦਾ ਕਰ ਰਹੇ ਹੋ ਔਰ ਕਿਉਂਕਿ ਦੇਖੋ ਗੱਲ ਗਿੱਦੜਬਾਹ ਦੀ ਕਰਨੀ ਸੀ ਪਰ ਤੁਸੀਂ ਪੰਜਾਬ ਅਤੇ ਇੰਡੀਆ ਲੈਵਲ 'ਤੇ ਲੈ ਕੇ, ਮੈਂ ਇੱਕ ਅੱਧਾ ਸਵਾਲ ਲੈ ਕੇ ਵਾਪਸ ਗਿੱਦੜਬਾਹ 'ਤੇ ਆਵਾਂਗਾ। ਫਿਰ ਗੱਲ ਉਹੀ ਆ ਗਈ ਕਿ ਪੰਜਾਬ ਦਾ ਇੱਕ ਟ੍ਰੈਂਡ ਰਿਹਾ ਕਿ ਜਦੋਂ ਸੈਂਟਰ 'ਚ ਸਰਕਾਰ ਕਾਂਗਰਸ ਦੀ, ਇੱਥੇ ਅਕਾਲੀ ਦਲ ਬੀਜੇਪੀ, ਜਦੋਂ ਉੱਥੇ ਹੁਣ ਬੀਜੇਪੀ ਹੈ ਤਿੰਨ ਟਰਮ ਤੋਂ ਤਾਂ ਅਸੀਂ ਇੱਥੇ ਪਹਿਲਾਂ ਕਾਂਗਰਸ ਅਤੇ ਮੌਜੂਦਾ ਸਮੇਂ 'ਚ ਆਮ ਆਦਮੀ ਪਾਰਟੀ। ਫਿਰ ਤੁਸੀਂ ਦੇਖੋ ਗੱਲ ਇਹ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ, ਪੰਜਾਬ ਅਤੇ ਹਰਿਆਣਾ ਦੋ ਸਕੇ ਭਰਾ ਹੈ, ਇੱਕ ਮਾਂ ਦੀ ਔਲਾਦ ਹੈ। ਅਸੀਂ ਚਲੋ ਭਰਾ ਵੱਡੇ ਹੋ ਗਏ, ਭਰਾ ਅੱਡ ਵੀ ਹੋ ਜਾਂਦੇ, ਅਸੀਂ ਅੱਡ ਹੋ ਗਏ, ਅਸੀਂ 60-40 ਤੇ ਆਪਣੇ ਮਾਂ ਬਾਪ ਦੀ ਜਾਇਦਾਦ ਵੰਡ ਲਈ। ਮਤਲਬ ਮਿਸਾਲ ਦੇ ਤੌਰ 'ਤੇ 4 ਕਿੱਲੇ 10 ਕਿੱਲੇ ਜ਼ਮੀਨ ਸੀ ਮਾਂ ਬਾਪ ਦੀ, 4 ਹਰਿਆਣੇ ਨੇ ਦਿੱਤੀ, 6 ਅਸੀਂ ਦੇ ਦਿੱਤੇ। ਠੀਕ ਹੈ, ਥੋੜ੍ਹਾ ਇਹ ਹੋ ਗਿਆ ਕਿ ਹਰਿਆਣੇ ਨੂੰ ਮਾੜੀ ਜ਼ਮੀਨ ਚਲੀ ਗਈ, ਯੂ ਨੋ, ਭਵਾਨੀ, ਮਹਿੰਦਰਗੜ੍ਹ, ਨਾਰਨੌਲ, ਝੱਜਰ, ਗੁੜਗਾਵਾਂ, ਰੋਹਤਕ, ਹਿਸਾਰ, ਜਿਹੜਾ ਬਰਾਨੀ ਇਲਾਕਾ ਸੀ, ਪੰਜਾਬ ਕੋਲ ਬਿਹਤਰ ਜ਼ਮੀਨ ਆ ਗਈ। ਪਤਾ ਨਹੀਂ ਤੁਹਾਡੇ ਸੁਣਨ ਵਾਲਿਆਂ ਨੂੰ ਸੱਚ ਆਏਗਾ ਕਿ ਨਹੀਂ, ਅੱਜ ਜਿਹੜਾ ਉਹ ਸਾਡਾ ਛੋਟਾ ਭਰਾ ਸੀ ਜਿਹਨੂੰ ਮਾੜੀ ਜ਼ਮੀਨ ਦੇ ਕੇ ਗਏ ਸੀ, ਉਹਨਾਂ ਦੀ ਜਿਹੜੀ ਆਮਦਨ ਹੈ ਜਿਹਨੂੰ ਰੈਵਨਿਊ ਕਹਿ ਦਿੰਦੇ ਹਾਂ, ਪੰਜਾਬ ਨਾਲੋਂ ਦੁੱਗਣਾ ਨਹੀਂ, ਤਿਗਣਾ ਨਹੀਂ, ਚੌਗਣਾ ਨਹੀਂ, 5 ਗੁਣੇ ਜ਼ਿਆਦਾ। ਹੁਣ ਇਹ ਚਾਹੀਦਾ ਇਹ ਸੀ ਕਿ ਪੰਜਾਬ ਨੂੰ 10 ਪੌੜੀਆਂ, ਆਪਾਂ 5 ਪੌੜੀਆਂ ਪਿੱਛੇ, ਚਾਹੀਦਾ ਸੀ ਅਸੀਂ 10 ਪੌੜੀਆਂ ਨੂੰ ਤਾਂ ਅੱਗੇ ਹੁੰਦੇ। ਸੋ ਇਸ ਗੱਲ ਦਾ ਯਾਰ ਇਹ ਜਿਹੜੀ ਮੈਂ ਤੁਹਾਨੂੰ ਹਰਿਆਣੇ ਦੇ ਲੋਕ ਕਿੰਨੇ ਸਿਆਣੇ ਹੈ, ਅੱਜ ਤੋਂ 10 ਦਿਨ ਪਹਿਲਾਂ ਜੋ ਹਰਿਆਣੇ ਦੇ ਲੋਕਾਂ ਨੇ ਫੈਸਲਾ ਕੀਤਾ, ਦੇਖੋ 10 ਸਾਲ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਰਹੇ, ਕਾਂਗਰਸ ਪਾਰਟੀ ਦੇ ਸੀ, ਹਰਿਆਣੇ ਦੇ ਲੋਕਾਂ ਨੇ ਕਾਂਗਰਸ ਦੀ ਸਰਕਾਰ, ਹੁੱਡਾ ਜੀ ਦੀ ਸਰਕਾਰ ਰੱਖੀ। ਬਿਲਕੁਲ 10 ਸਾਲ ਮੋਦੀ ਜੀ ਪ੍ਰਾਈਮ ਮਿਨਿਸਟਰ ਰਹੇ, ਇਹਨਾਂ ਨੇ 10 ਸਾਲ ਖੱਟੜ ਜੀ ਦੀ, ਮੋਦੀ ਜੀ ਫੇਰ ਆ ਗਏ, ਇਹਨਾਂ ਨੇ 5 ਸਾਲ ਦਾ ਲਾਇਸੈਂਸ ਜਿਹੜਾ ਫਿਰ ਰਿਨਿਊ ਕਰਾਤਾ, 25 ਸਾਲ ਜਿਹੜੇ ਸੂਬੇ 25-25 ਸਾਲ ਸੈਂਟਰ ਨਾਲ ਰਲ ਕੇ ਚੱਲਦੇ ਹੈ ਉਹ ਸੂਬੇ ਤਰੱਕੀ ਕਰ ਗਏ, 5 ਗੁਣਾ ਜ਼ਿਆਦਾ ਆਮਦਨ ਹੈ,
ਪੰਜਾਬ ਦਾ ਇੰਜਨ ਕੰਮ ਕਰ ਗਿਆ ਹਰਿਆਣਾ ਦੇ ਵਿੱਚ। ਪੰਜਾਬ ਦੇ ਜਿਵੇਂ ਤੁਸੀਂ ਕਿਹਾ ਇੱਟ ਕੁੱਤੇ ਦਾ ਵੈਰ ਹੈ। ਜਿਹੜੇ ਪਰਿਵਾਰਾਂ 'ਚ ਦੁਸ਼ਮਣੀ ਆ ਜਾਏ ਨਾ ਗੌਰਵ, ਵੈਰ ਆ ਜਾਏ, ਉਹ ਪਰਿਵਾਰਾਂ 'ਚ ਫਿਰ ਬਰਕਤ ਨਹੀਂ ਆਉਂਦੀ, ਤਰੱਕੀ ਨਹੀਂ ਆਉਂਦੀ। ਮਤਲਬ ਬਸ ਇਹੀ ਸੁਨੇਹਾ ਦੇਣਾ। ਚਲੋ ਤੁਸੀਂ ਕੁੱਲ ਮਿਲਾ ਕੇ ਕਹਿ ਰਹੇ ਹੋ ਕਿ ਹਰਿਆਣਾ ਇੱਕ ਤਾਂ ਸਾਡੇ ਤੋਂ ਅੱਗੇ ਨਿਕਲ ਗਿਆ, ਅਤੇ ਉਹਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਉਹਨਾਂ ਨੇ ਸੇਮ ਗਵਰਨਮੈਂਟ ਚੁਣੀ ਜੋ ਸੈਂਟਰ 'ਚ ਸੀ, ਉਹ ਸਟੇਟ ਦੇ ਵਿੱਚ ਚੱਲ ਰਹੀ। ਯਾਰ ਲੋਕਾਂ ਨੂੰ ਆਪਣੇ ਨਫੇ ਨੁਕਸਾਨ ਦੀ ਤਮੀਜ਼ ਹੈ, ਉਹਨਾਂ ਨੂੰ ਸ਼ਰਾਬ ਅਤੇ ਸ਼ਰਬਤ ਦਾ ਫਰਕ ਪਤਾ ਹੈ। ਨਹੀਂ ਦੇਖੋ, ਪੰਜਾਬ ਵਾਲਿਆਂ ਨੂੰ ਤੁਸੀਂ ਗੱਲ ਕਹੋਗੇ ਜਿਨ੍ਹਾਂ ਦੇ ਕੋਲ ਜਾ ਰਹੀ ਹੈ, ਉਹਨਾਂ ਨੇ ਕਹਿਣਾ ਕਿ ਪੰਜਾਬ ਵਾਲਿਆਂ ਦੇ ਜ਼ਮੀਰ ਦੀ ਗੱਲ ਇੱਥੇ ਹੋਣ ਲੱਗ ਜਾਂਦੀ ਹੈ। ਇੱਥੇ ਖੇਤੀ ਕਾਨੂੰਨਾਂ ਦਾ ਕਿੱਡਾ ਜ਼ਬਰਦਸਤ ਵਿਰੋਧ ਹੋ ਗਿਆ, ਜਿਸ ਪਾਰਟੀ ਦਾ ਵਿਰੋਧ ਹੋਇਆ ਉਸ ਪਾਰਟੀ 25 ਸਾਲ ਵਿਰੋਧ ਕਰ ਲਓ, ਫਿਰ ਜ਼ਮੀਰ ਜ਼ਿੰਦਾ ਰੱਖ ਲਓ। ਪਰ ਇਹ ਦੁਸ਼ਮਣੀ ਕਿੰਨੀ ਦੇਰ ਚੱਲੇਗੀ ਯਾਰ, ਕਿੰਨੀਆਂ ਪੀੜ੍ਹੀਆਂ ਨਿਭਾਉਣੀਆਂ। ਨੁਕਸਾਨ ਹੋ ਰਿਹਾ ਸਾਨੂੰ ਸੈਂਟਰ ਦੇ ਨਾਲ ਦੁਸ਼ਮਣੀ ਦਾ, ਦੁਸ਼ਮਣੀ ਦਾ ਨਹੀਂ ਯਾਰ। ਸਾਡੀ ਪੰਜਾਬ ਪਤਾ ਨਹੀਂ ਕੀ, ਦੇਖੋ ਗੱਲ ਇਹ ਹੈ ਕਿ ਮੈਂ ਤਾਂ ਕਿਤਾਬਾਂ 'ਚ ਪੜ੍ਹਿਆ ਕਿ ਪਰਮਾਤਮਾ ਕਿਸੇ ਕੌਮ 'ਤੇ ਨਾਰਾਜ਼ ਹੋ ਜਾਵੇ, ਪਰਮਾਤਮਾ ਨੇ ਉਸ ਕੌਮ ਨੂੰ ਸਜ਼ਾ ਦੇਣੀ ਹੋਵੇ, ਤਾਂ ਰੱਬ ਡੰਡੇ ਨਹੀਂ ਮਾਰਦਾ ਫਿਰਦਾ। ਰੱਬ ਦੇ ਆਪਣੇ ਤਰੀਕੇ ਹੈ, ਉਸ ਕੌਮ ਨੂੰ ਮਾੜੀ ਲੀਡਰਸ਼ਿਪ ਦੇ ਦਿੰਦਾ, ਦਾਦ ਫਰਿਆਦ ਸੁਣਨ ਵਾਲਾ ਕੋਈ ਨਹੀਂ, ਯੂ ਨੋ। ਸੋ ਇਹ ਮੈਨੂੰ ਤਾਂ ਕਈ ਵਾਰੀ ਇਹ ਲੱਗਦਾ ਪੰਜਾਬ ਨਾਲ ਸ਼ਾਇਦ ਕੋਈ ਨਾ ਹੋਵੇ, ਰੱਬ ਰੁੱਸ ਗਿਆ ਹੋਵੇ ਕਿ ਲੋਕ ਜਿਹੜੇ ਹੈ ਇਸ ਕਿਸਮ ਦੀਆਂ ਸਰਕਾਰਾਂ ਚੁਣਦੇ ਆ ਜਿਹੜੀਆਂ ਕਿ ਪਤਾ ਨਹੀਂ ਕਿ ਪੋਲੀਟੀਕਲ ਏਜੰਡਾ ਜਾਂ ਸਿਆਸੀ ਬਿਆਨੀਆਂ ਜਿਹੜਾ ਹਮੇਸ਼ਾ ਸੈਂਟਰ ਦੇ ਖਿਲਾਫ ਰਹੇ। ਨਹੀਂ ਪਰ ਬਾਦਲ ਸਾਹਿਬ, ਜਿਹੜੇ ਲੋਕ ਤੁਹਾਨੂੰ ਸੁਣ ਰਹੇ ਹੋਣੇ, ਉਹ ਕਹਿਣੇ ਕਿ ਤੁਹਾਨੂੰ 1 ਸਾਲ ਦੇ ਵਿੱਚ ਹੀ ਪਤਾ ਲੱਗੀ ਇਹ ਗੱਲ, ਤੁਸੀਂ 1.5 ਸਾਲ ਪਹਿਲਾਂ ਬੀਜੇਪੀ ਦੇ ਵਿੱਚ ਆਏ ਹੋ। ਨਹੀਂ ਪਰ ਮੈਂ ਪਹਿਲਾਂ PPP ਵੀ ਬਣਾਈ, ਮਤਲਬ ਮੈਂ ਇਹ ਜਿਹੜੀ ਜ਼ਮੀਰ ਤਾਂ ਇਨਸਾਨ ਦੀ ਹਮੇਸ਼ਾ ਹੀ। 2017 ਦੇ ਵਿੱਚ ਤੁਸੀਂ ਕਾਂਗਰਸ ਦੇ ਵੱਲੋਂ ਲੜੇ ਹੋ, ਜਿੱਥੇ ਗੌਰਵ ਤੁਸੀਂ ਦੱਸੋ ਤੁਹਾਨੂੰ ਕਿੰਨਾ ਚਿਰ ਹੋ ਗਿਆ ਜਰਨਲਿਜ਼ਮ ਕਰਦਿਆਂ ਨੂੰ, ਤੁਸੀਂ ਕਿਤੇ ਇੰਡੀਆ ਦਾ ਇੱਕ ਵੀ ਮਿਨਿਸਟਰ ਨੋਰਮਲੀ ਕੈਬਨਿਟ ਚੋਂ ਕੱਢੇ ਜਾਂਦੇ ਆ ਕੋਈ ਕਰਪਸ਼ਨ ਸਕੈਂਡਲ ਦੀ ਵਜ੍ਹਾ ਨਾਲ, ਤੁਸੀਂ ਕਦੇ ਦੇਖਿਆ ਕਿ ਇੱਕ ਸਟੇਟ ਦਾ ਫਾਈਨੈਂਸ ਮਿਨਿਸਟਰ ਹੋਵੇ ਅਤੇ ਅਸਤੀਫਾ ਦੇ ਜੇ ਕਿਸ ਵਜ੍ਹਾ ਨਾਲ, ਕਿ ਮੈਨੂੰ ਯਾਰ ਆਪਣੀ ਸਰਕਾਰ ਦੀਆਂ ਨੀਤੀਆਂ ਪਸੰਦ ਨਹੀਂ ਹੈ, ਔਰ ਇਹ ਨਹੀਂ ਕਿ ਕਿਸੇ ਹੋਰ ਡੀਲਕਸ ਬੱਸ ਚੜ੍ਹ ਗਏ ਜ਼ੀਰੋ ਤੋਂ ਫਿਰ ਸਟਾਰਟ ਕਰ ਰਿਹਾ ਹੋਵੇ, ਤੁਸੀਂ ਦੇਖਿਆ। ਸੋ ਇੱਕ ਯਾਰ ਕਿਸੇ ਨਾ ਕਿਸੇ ਨੂੰ ਤਾਂ ਯਾਰ ਇਹ ਗੱਲ ਕਹਿਣੀ ਪੈਣੀ ਹੈ। ਅਸੀਂ ਯਾਰ ਮੈਂ ਸ਼ਰਮਿੰਦਾ ਹੈ ਕਿ ਪੰਜਾਬ ਕਿੰਨਾ ਹਾਲਾਤਾਂ 'ਚ ਅਸੀਂ ਬੰਦ ਗਲੀ 'ਚ ਦਾਖਲ ਹੋ ਗਏ ਹਾਂ। ਜਦੋਂ ਮੇਰਾ ਬਚਪਨ ਸੀ, ਯਕੀਨ ਮੰਨਿਓ, ਜੇ ਬਹਾਦਰੀ ਦਾ ਕੋਈ ਤਮਗਾ ਆਉਂਦਾ ਸੀ ਤਾਂ ਪੁੱਛਣ ਦੀ ਲੋੜ ਨਹੀਂ ਹੈ ਕਿੱਥੋਂ ਆਇਆ, ਪੰਜਾਬ ਦਾ ਹੀ ਹੋਣਾ। ਜੇ ਖੇਡਾਂ ਦਾ ਕੋਈ ਤਮਗਾ ਆਉਂਦਾ ਸੀ, ਪੁੱਛਣ ਦੀ ਲੋੜ ਨਹੀਂ, ਪੰਜਾਬ ਤੋਂ ਹੀ ਹੋਣਾ। ਜਿਨ੍ਹਾਂ ਨੇ ਪੰਜਾਬ ਨੂੰ ਉਸ ਅਰੂਜ 'ਚ ਦੇਖਿਆ, ਉਹਨਾਂ ਨੂੰ ਇਹ ਜ਼ਵਾਲ ਨਾ ਕਾਬਲੇ ਬਰਦਾਸ਼ਤ ਔਰ ਨਾ ਕਾਬਲੇ ਮਨਜ਼ੂਰ ਹੈ। ਤੁਹਾਡੀ ਤਾਂ ਉਮਰ ਛੋਟੀ ਹੈ, ਤੁਸੀਂ ਤਾਂ ਪੰਜਾਬ ਨੂੰ ਕਿਸੇ ਇਹਨਾਂ ਹਾਲਾਤਾਂ 'ਚ ਨਹੀਂ ਦੇਖਿਆ। ਮੈਂ ਦੇਖਿਆ ਜਦੋਂ ਪੰਜਾਬ ਇੰਡੀਆ ਦਾ ਨੰਬਰ 1 ਸੂਬਾ ਹੁੰਦਾ ਸੀ। ਸੋ ਸਾਡੇ ਵਿੱਚ ਯਾਰ ਉਹ ਜਿਹੜੇ ਇੱਕ ਕਿਸੇ ਨਾ ਭੀੜ ਹੈ ਕਿ ਪੰਜਾਬ ਫਿਰ ਇੱਕ ਵਾਰੀ ਉੱਤੇ ਆਵੇ, ਔਰ ਇਹਦੇ ਨਾਲ ਕੋਈ BJP ਲੈ ਕੇ ਆ ਸਕਦੀ ਹੈ, ਜੇ ਕੋਈ ਲੈ ਕੇ ਆ ਸਕਦਾ ਹੈ ਤਾਂ ਇਹ ਪ੍ਰਧਾਨ ਮੰਤਰੀ। ਮੈਂ ਬਦਲ ਸਾਹਿਬ ਉਹੀ ਕਹਿ ਰਹੇ ਕਿ ਲੋਕ ਤੁਹਾਨੂੰ ਪੁੱਛਣਗੇ ਕਿ ਤੁਹਾਨੂੰ ਇਹ ਗੱਲ 1 ਸਾਲ ਪਹਿਲਾਂ ਹੀ ਪਤਾ ਲੱਗੀ ਜਿਹੜੇ ਬੰਦਿਆਂ BJP ਕਰੀਬ 10 ਸਾਲ ਤੋਂ ਜਿਹੜੇ ਬੰਦਿਆਂ ਨੇ ਕਸ਼ਮੀਰ ਨੂੰ ਤੇ UP ਨੂੰ ਸੂਤ ਕਰ ਲਿਆ, ਉਹ ਪੰਜਾਬ ਨੂੰ ਵੀ ਸੂਤ ਕਰ ਸਕਦੇ। ਸੂਤ ਤੋਂ ਭਾਵ ਕੀ ਹੈ? ਠੀਕ ਕਰ ਸਕਦੇ, ਰਾਹੇ ਰਾਸਤੇ ਪਟੜੀ ਤੇ ਚੜਾ ਸਕਦੇ ਆ। UP ਦਾ ਕੀ ਹਾਲ ਸੀ, ਹੁਣ UP ਅੱਜ ਦੇਖੋ ਕੀ ਹੈ। ਤੁਹਾਨੂੰ ਪੰਜਾਬ ਦੀ ਸਥਿਤੀ ਅੱਜ ਦੀ ਖਰਾਬ ਲੱਗ ਰਹੀ ਹੈ? ਕਾਬਲੇ ਰਹਿਮ ਹੈ, ਰਹਿਮ ਆਉਂਦਾ, ਯੂਨੋ, ਤਰਸ ਆਉਂਦਾ ਪੰਜਾਬ 'ਤੇ ਕਿ ਇਹ ਪੰਜਾਬ ਦੇ ਹਾਲਾਤ ਅੱਜ ਬਣ ਗਏ ਆ, ਇਹਨੂੰ ਠੀਕ ਕਰਨ। ਪੰਜਾਬ ਨੂੰ ਪੰਜਾਬ ਦੇ ਰਹਿਮੋ ਕਰਮ 'ਤੇ ਨਹੀਂ ਛੱਡਿਆ ਜਾ ਸਕਦਾ। ਪੰਜਾਬ ਯਾਰ ਹਿੰਦੁਸਤਾਨ ਦਾ ਮੱਥੇ ਦਾ ਚੰਦ ਸੀ, ਇਹ ਮੱਥੇ ਦਾ ਚੰਦ ਹੀ ਬਣ ਕੇ ਰਹੂਗਾ। ਔਰ ਇਹ ਅਸੀਂ ਸਿਆਣੇ ਬੰਦਿਆਂ ਦੇ ਜੇ ਸੰਗ ਚੱਲਾਂਗੇ ਤਾਂ ਇਹ ਪੰਜਾਬ, ਦੇਖੋ ਇੱਕ ਗੱਲ ਤਾਂ ਹੈ ਕਿ ਪਰਮਾਤਮਾ ਨੇ ਪੰਜਾਬ ਦੇ ਵਾਸਤੇ ਇੱਕ ਖਾਸ ਤਕਦੀਰ ਲਿਖੀ ਹੈ, ਪੰਜਾਬ ਇੱਕ ਮੁਨੱਵਰ ਤਕਦੀਰ ਰੱਖਦਾ, ਔਰ ਹਿਸਟਰੀ ਦੱਸਦੀ ਹੈ ਕਿ ਪੰਜਾਬ ਦੇ ਰਸਤੇ ਦੇ ਜਿਹੜੇ ਕੰਢੇ ਹੈ ਇਹ ਪਰਮਾਤਮਾ ਆਪ ਆ ਕੇ ਚੁਗ ਲੈਂਦਾ। ਇਹ ਚਾਹੇ ਜਦੋਂ ਹੁਣ ਆਏ, ਪਰਸ਼ੀਅਨਸ ਆਏ, ਤੁਰਕ ਆਏ, ਅਫਗਾਨ ਆਏ, ਯੂਨੋ, ਅੰਗਰੇਜ਼ ਆਏ, 1947 ਤੋਂ ਵੱਡਾ ਪੰਜਾਬ ਅੱਗੇ ਸੰਤਾਪ ਕੀ ਹੋ ਸਕਦਾ ਹੈ। 1947 'ਚ 2 ਲੱਖ ਹੋ ਗਿਆ ਪੰਜਾਬ, 10 ਲੱਖ ਸਾਡਾ ਬੰਦਾ ਕਤਲ ਹੋ ਗਿਆ, ਪਰ 10-15 ਸਾਲਾਂ 'ਚ ਹੀ ਅਸੀਂ ਚੰਡੀਗੜ੍ਹ ਸ਼ਹਿਰ ਬਣਾ ਲਿਆ, PGI ਬਣਾ ਲਿਆ, ਭਾਖੜਾ ਡੈਮ ਬਣਾ ਲਿਆ, ਯੂਨੋ। 1984
ਟੈਰਰਿਜ਼ਮ ਦਾ ਦੌਰ ਆਇਆ, ਯੂ ਨੋ ਪੰਜਾਬ ਕੁੱਡ ਅਗੇਨ ਬਾਊਂਸ ਬੈਕ। 66 ਦੇ ਵਿੱਚ ਪੰਜਾਬ ਫਿਰ 2 ਲੱਖ ਹੋ ਗਿਆ, ਪੰਜਾਬ 66 ਤੋਂ ਬਾਅਦ ਫਿਰ ਯੂ ਨੋ, ਤਾਂ ਕੋਈ ਨਾ ਕੋਈ ਤਕਦੀਰ ਤਾਂ ਹੈਗੀ ਪਰਮਾਤਮਾ ਜਿਹੜਾ ਇਹਦੀ। ਔਰ ਇਹ ਅਸੀਂ, ਮੈਂ ਇਸ ਆਸ ਦੇ ਵਿੱਚ ਔਰ ਇਸ ਉਮੀਦ ਦੇ ਵਿੱਚ ਕਿ ਪੰਜਾਬ ਦੀ ਕਿਸਮਤ ਨੂੰ ਬਦਲਣਾ, ਪੰਜਾਬ ਦੇ ਹਾਲਾਤ ਨੂੰ ਬਦਲਣਾ, ਪੰਜਾਬ ਦੀ ਤਕਦੀਰ ਨੂੰ ਬਦਲਣਾ। ਔਰ ਇਸ ਤਕਦੀਰ ਬਦਲਣ ਲਈ ਪੰਜਾਬ ਦੇ ਗੈਰਤਮੰਦ ਔਰ ਇਮਾਨਦਾਰ ਲੋਕਾਂ ਦੀ ਮਦਦ ਦੀ ਲੋੜ ਹੈ ਯਾਰ। ਆਪਾਂ ਸਿਰ ਨਾਲ ਸਿਰ ਜੋੜੀਏ, ਹੱਥ ਨਾਲ ਹੱਥ ਜੋੜੀਏ। ਔਰ ਜਿਹੜੇ ਲੋਕਾਂ ਨੇ ਹਿੰਦੁਸਤਾਨ, ਔਰ ਮੈਂ ਕਹਿੰਦਾ, ਮੈਂ ਫਿਰ ਕਹਿੰਦਾ ਯਾਰ, ਕੋਈ ਨਾ ਕੋਈ ਇਹਨਾਂ ਬੰਦਿਆਂ 'ਚ ਕਲਾ ਕੁਦਰਤ ਤਾਂ ਹੋਣੀ ਹੈ ਨਾ, ਜਿਹੜਾ ਸਾਰਾ ਮੁਲਕ ਇਹਨਾਂ ਦੇ ਮਗਰ ਲੱਗਿਆ ਫਿਰਦਾ। ਉਹ ਤਾਂ ਗੱਲ ਫਿਰ ਰਾਜਾ ਵੜਿੰਗ ਵੀ ਕਹਿਣਗੇ ਕਿ ਕੋਈ ਕਲਾ ਕੁਦਰਤ ਤਾਂ ਹੋਣੀ ਹੈ, ਤਾਂ ਹੀ 3 ਵਾਰੀ ਮੈਨੂੰ ਜਿਤਾ ਦਿੱਤਾ 2012, 17 ਤੇ 22। ਨਹੀਂ ਚਲੋ ਉਹ ਠੀਕ ਹੈ, ਹਾਲਾਤ ਯੂਨੋ, ਮੈਂ ਇਹਦੇ 'ਚ ਨਹੀਂ, ਇਸ ਬਹਿਸ 'ਚ ਨਹੀਂ ਪੈਣਾ ਪੈਂਦਾ। ਅੱਛਾ, ਤੁਸੀਂ ਇੱਕ ਹੰਕਾਰ ਵਰਡ ਯੂਜ਼ ਕੀਤਾ ਸੀਗਾ, ਕਿਸ ਦੇ ਲਈ ਉਹ? ਹਾਂਜੀ, ਤੁਸੀਂ ਇੱਕ ਹੰਕਾਰ ਵਰਡ ਯੂਜ਼ ਕੀਤਾ ਕਿ ਹੰਕਾਰ ਅਤੇ ਪਰਮਾਤਮਾ ਕਿਸ ਦੇ ਲਈ ਉਹ? ਨਹੀਂ ਵੈਸੇ ਇਨਸਾਨ, ਜਿਵੇਂ ਮੈਂ, ਤੁਸੀਂ ਮੈਨੂੰ ਕਿਹਾ ਕਿ ਤੁਸੀਂ ਕਿਵੇਂ ਦੇਖਦੇ ਹੋ ਇਸ ਇਲੈਕਸ਼ਨ ਨੂੰ, ਮੈਂ ਕਹਾਂ ਕਿ ਮੈਂ ਤਕੜਾ। ਨਹੀਂ ਨਹੀਂ, ਇਹ ਤਾਂ ਲੋਕ, ਇਹ ਲੋਕ ਫੈਸਲਾ ਕਰਦੇ ਆ। ਇੱਕ ਮੈਨੂੰ ਬਜ਼ੁਰਗ ਕਹਿੰਦੇ ਹੁੰਦੇ ਸੀ ਸਾਡੇ ਕਿ ਬੇਟਾ, ਵਡਿਆਈ ਉਹ ਹੁੰਦੀ ਹੈ ਜਿਹੜੀ ਪਰਮਾਤਮਾ ਕਰਾਵੇ ਤੇ ਲੋਕ ਕਰਨ, ਆਪ ਦੀ ਵਡਿਆਈ ਆਪ ਨਹੀਂ ਹੋ ਸਕਦੀ। ਮਤਲਬ ਇਹ ਰਾਜਾ ਵੜਿੰਗ ਦੇ ਲਈ ਨਹੀਂ ਸੀ ਟਿੱਪਣੀ ਤੁਹਾਡੀ? ਨਹੀਂ ਨਹੀਂ, ਸਿੱਧੇ ਤੌਰ ਤੇ ਨਹੀਂ ਤੁਸੀਂ ਕਰੋ ਯਾਰ, ਕਿਸੇ ਦੇ ਮੈਂ ਅੱਜ ਤੱਕ, ਪਹਿਲਾਂ ਤਾਂ ਦੱਸੋ, ਮਨਪ੍ਰੀਤ ਮੇਰਾ ਇਹ ਆਦਤ ਹੀ ਨਹੀਂ, ਮੈਂ ਫਿਤਰਤਨ ਕਿਸੇ ਦੇ ਖਿਲਾਫ ਨਹੀਂ ਬੋਲਦਾ। ਮੇਰਾ ਰਾਜਨੀਤੀ 'ਚ ਜਿਹੜਾ ਤਰਜ਼ ਹੈ ਉਹ ਹੋਰ ਕਿਸਮ ਦਾ, ਤੁਹਾਡਾ ਸਟਾਈਲ ਹੈ। ਚਲੋ ਮੈਂ ਇੱਕ ਇਸ ਸੀਟ ਦੇ ਨਾਲ ਨਾਲ ਦੇਖੋ, ਜਿਹੜੀਆਂ 4 ਸੀਟਾਂ ਤੇ ਬਾਦਲ ਸਾਹਿਬ ਹੋ ਰਹੀ ਹੈ ਬਾਈ ਇਲੈਕਸ਼ਨ, ਉਹਨਾਂ 4 ਸੀਟਾਂ ਦੇ ਉੱਤੇ ਬੀਜੇਪੀ ਨਹੀਂ ਜਿੱਤੀ, ਚਾਹੇ 2022 ਹੋਵੇ, ਉਸ ਤੋਂ ਪਹਿਲਾਂ ਦਾ ਮੈਂ ਜ਼ਿਕਰ ਕਰਾਂ। ਹਾਂ, ਅਕਾਲੀ ਦਲ ਦੇ ਨਾਲ ਮਿਲ ਕੇ ਕੁਝ ਸੀਟਾਂ ਦੇ ਉੱਤੇ ਬੀਜੇਪੀ ਰਹੀ ਹੈ, ਔਰ ਖਾਸ ਤੌਰ 'ਤੇ ਸਪੈਸੀਫਿਕਲੀ ਗਿੱਦੜਬਾਹ ਦੇ ਵਿੱਚ ਕੋਈ ਬਹੁਤ ਵੱਡਾ ਆਧਾਰ ਬੀਜੇਪੀ ਦਾ ਨਹੀਂ ਮੰਨਿਆ ਜਾਂਦਾ, ਤੁਹਾਡੇ ਲਈ ਟਫ ਟਾਸਕ ਹੈ? 13 ਤਰੀਕ ਨੂੰ ਪਤਾ ਚੱਲ ਜਾਏਗਾ, ਮੈਂ ਕੋਈ ਜੋਤਸ਼ੀ ਤਾਂ ਹੈ ਨਹੀਂ। ਨਹੀਂ, ਕਾਡਰ ਹੁੰਦਾ ਨਾ ਕਿ ਕਾਡਰ ਨਹੀਂ ਹੈ, ਇਹ ਬਹੁਤ ਸਾਰੇ ਤੁਹਾਡੇ ਆਪੋਜੀਸ਼ਨ ਕਹਿੰਦੇ ਕਿ ਬੀਜੇਪੀ ਦਾ ਜੀ 23 ਸੀਟਾਂ ਤੇ ਕਾਡਰ ਸੀ, ਉਸ ਤੋਂ ਬਾਅਦ ਤਾਂ ਬੀਜੇਪੀ ਕਿਤੇ ਹੈ ਹੀ ਨਹੀਂ, ਤਾਂ ਇਹ ਸੀਟ ਉਸਦੇ ਵਿੱਚ ਨਹੀਂ। ਉਹੀ ਬੀਜੇਪੀ ਹੈ ਜਿਹਨੇ ਆਪਣਾ ਵੋਟ ਸ਼ੇਅਰ ਲੋਕ ਸਭਾ 'ਚ 3 ਗੁਣਾ ਕਰ ਲਿਆ, ਉਹੀ ਅਕਾਲੀ ਦਲ ਹੈ ਜਿਹਦਾ ਥੱਲੇ ਚਲਾ ਗਿਆ, ਕਾਂਗਰਸ ਦਾ ਥੱਲੇ ਚਲਾ ਗਿਆ। ਸੋ ਇਹ ਯਾਰ, ਕਦੀ ਵੀ ਰਾਜਨੀਤੀ 'ਚ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿ ਇਹ ਮੇਰੀ ਵਜ੍ਹਾ ਨਾਲ ਜਾਂ ਮੈਂ ਇਹ ਕਰ ਦੂੰਗਾ ਜਾਂ ਫਲਾਨੀ ਪਾਰਟੀ ਹੈ, ਇਹ ਲੋਕਾਂ ਨੇ ਫੈਸਲਾ, ਇਹ ਲੋਕਾਂ 'ਤੇ ਛੱਡ ਦਈਏ। ਮੈਂ ਇੱਕ ਗਿੱਦੜਬਾਹ ਦੇ ਨਾਲ ਹੋਰ ਜੁੜਿਆ ਹੋਇਆ ਸਵਾਲ, ਤੁਸੀਂ 95 ਤੋਂ 2012 ਦੇ ਕਾਰਜਕਾਲ ਅਤੇ ਵਰਸਿਸ 2012 ਤੋਂ ਲੈ ਕੇ ਹੁਣ ਤੱਕ ਜੋ ਰਾਜਾ ਵੜਿੰਗ ਦਾ ਕਾਰਜਕਾਲ ਹੈ ਬਤੌਰ MLA, ਇਹ ਇਹਨਾਂ ਨੂੰ ਦੋਵਾਂ ਨੂੰ ਤੁਲਨਾ ਕਰਕੇ ਇਲੈਕਸ਼ਨ ਲੜ ਰਹੇ ਹੋ? ਤੁਸੀਂ ਜ਼ਿਕਰ ਕਰ ਦਿੱਤਾ ਕਿ ਅਸੀਂ 18,000 ਬੰਬੀਆਂ ਦੇ ਕਨੈਕਸ਼ਨ ਦੇ ਦਿੱਤੇ, ਅਲੱਗ ਅਲੱਗ ਚੀਜ਼ਾਂ ਕਹਿ ਦਿੱਤੀਆਂ, ਕਿ ਇਹ ਦੋਵਾਂ ਦੇ ਵਿੱਚ ਵਾਲੇ ਮੁਕਾਬਲਾ ਹੈ 95 ਤੋਂ 2012, 2012 ਤੋਂ 2022? ਮੈਂ ਫਿਰ ਕਹਿੰਦਾ ਇਹ ਲੋਕ ਫੈਸਲਾ ਕਰਨਗੇ, ਪਰ ਜੇ ਤੁਸੀਂ ਗਿੱਦੜਬਾਹ ਇਸ ਇਲਾਕੇ 'ਚ ਜਰਾ ਘੁੰਮ ਕੇ ਦੇਖੋ ਤਾਂ ਸੜਕਾਂ ਦੇ, ਬਿਜਲੀ ਘਰ ਦੇ, ਲਿਫਟ ਇਰੀਗੇਸ਼ਨ ਸਕੀਮ ਦੇ, ਯੂਨੋ, ਨਵੀਆਂ ਨਹਿਰਾਂ ਦੇ, ਹੋਰ ਮਤਲਬ ਜਿੰਨੇ ਤੁਹਾਨੂੰ ਫਾਊਂਡੇਸ਼ਨ ਸਟੋਨ ਮਨਪ੍ਰੀਤ 'ਤੇ ਮਿਲਣਗੇ, ਅਤੇ ਤੁਸੀਂ ਡਿੰਪੀ ਢਿੱਲੋਂ ਅਤੇ ਰਾਜਾ ਵੜਿੰਗ ਨੂੰ ਇਕੱਠੇ ਵੀ ਕਰ ਲਓ, ਤਾਂ ਉਹ ਮੈਨੂੰ ਲੱਗਦਾ 1/10 ਹਿੱਸੇ 'ਚ ਵੀ। ਉਹ ਕਹਿਣਗੇ ਕਿ ਅਕਾਲੀ ਦਲ ਨੂੰ ਤੁਸੀਂ ਕ੍ਰੈਡਿਟ ਦਿਉ ਨਾ, ਤੁਸੀਂ ਖੁਦ ਨੂੰ ਕਿਉਂ? ਅਕਾਲੀ ਦਲ ਨੂੰ ਕ੍ਰੈਡਿਟ ਨਹੀਂ, ਉਹ ਮਤਲਬ ਉਸ ਵੇਲੇ ਮੈਂ ਅਕਾਲੀ ਦਲ ਸੀ, ਮੈਂ ਸਟੇਟ ਦਾ ਫਾਈਨੈਂਸ ਮਿਨਿਸਟਰ ਸੀ, ਪਰ ਇੱਕ ਜਿਹੜੇ ਕੰਮ ਹੁੰਦੇ ਨਾ ਗੌਰਵ, ਕੰਮ ਤਾਂ ਹੁੰਦੇ ਆ ਕਿ ਕੰਮ ਕਰਾਉਣ ਵਾਲੇ ਬੰਦੇ ਨੂੰ ਚਾਹ ਹੋਣਾ ਚਾਹੀਦਾ ਕੰਮ ਕਰਾਉਣ ਦਾ। ਜੇ ਮੇਰੇ ਮਨ 'ਚ ਹੀ ਚਾਹ ਹੈ ਨਹੀਂ ਕਿ ਮੈਂ ਕੰਮ ਕਰਾਉਣਾ, ਕੰਮ ਨਹੀਂ ਹੋਣਗੇ। ਦੂਜਾ ਉਹਨੂੰ ਤਜਰਬਾ ਵੀ ਹੋਣਾ ਚਾਹੀਦਾ। ਔਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ, ਮੈਂ ਪੰਜਾਬ ਦਾ ਫਾਈਨੈਂਸ ਮਿਨਿਸਟਰ ਸੀ, 1.5 ਲੱਖ ਕਰੋੜ ਮੈਂ ਤਕਸੀਮ ਕਰਨਾ ਹੁੰਦਾ ਸੀ, ਮੈਂ ਬਜਟ ਬਣਾਉਂਦਾ ਹੁੰਦਾ, ਤਾਂ 1.5 ਲੱਖ ਕਰੋੜ ਨਹਿਰ ਮਹਿਕਮੇ ਨੂੰ ਕਿੰਨਾ ਦੇਣਾ, ਹਸਪਤਾਲਾਂ ਨੂੰ, ਸੜਕਾਂ ਨੂੰ, ਜੰਗਲਾਤ ਨੂੰ, ਯੂਨੋ, ਬਿਜਲੀ ਮਹਿਕਮੇ ਨੂੰ, ਮਤਲਬ 4-4 ਆਨੇ ਕਿੱਥੇ ਤਕਸੀਮ ਕਰਨੇ ਆ, ਇਹ ਮੈਨੂੰ ਪਤਾ ਹੈ। ਫਿਰ ਗਵਰਨਮੈਂਟ ਆਫ ਇੰਡੀਆ ਦੀਆਂ ਜਿਹੜੀਆਂ ਸਕੀਮਸ ਹੈ, ਕਿਹੜੀ ਖੁੱਡ 'ਚ ਕਿੰਨੇ ਪੈਸੇ ਪਏ ਆ, ਕਿਹੜੀ ਸਕੀਮ 'ਚ ਆਉਣੇ ਆ, ਇਹ ਮੈਨੂੰ ਉਂਗਲਾਂ ਦੇ ਪੋਟਿਆਂ 'ਤੇ ਯਾਦ ਹੈ। ਔਰ ਮੈਂ ਗਿੱਦੜਬਾਹ ਦੇ ਲੋਕਾਂ ਨੂੰ ਵੀ ਇਹ ਕਹਾਂਗਾ, ਮੈਂ ਛੋਟਾ ਜਿਹਾ ਹੁੰਦਾ ਸੀ, ਅਸੀਂ ਸਾਡੇ ਘਰੇ ਮੁਰਗੀਆਂ ਵੀ ਰੱਖੀਆਂ ਹੁੰਦੀਆਂ ਸੀ। ਅੱਛਾ ਜੀ। ਮੈਨੂੰ ਇਕੱਲਾ ਮੈਨੂੰ ਪਤਾ ਹੁੰਦਾ ਸੀ ਸਾਰੇ ਬੱਚਿਆਂ 'ਚੋਂ ਕਿ ਕਿਹੜੀ ਮੁਰਗੀ ਕਿੱਥੇ ਆਂਡਾ ਦਿੰਦੀ ਹੈ, ਕੋਈ ਤਖਤੇ ਪਿੱਛੇ ਦਿੰਦੀ ਹੈ, ਕੋਈ ਡਿਉੜੀ 'ਚ ਦਿੰਦੀ ਹੈ, ਕੋਈ ਦਲਾਨ 'ਚ ਦਿੰਦੀ ਹੈ। ਸੁਖਵੀਰ ਨੂੰ ਮੈਂ ਆਂਡਾ ਨਹੀਂ ਚੱਕਣ ਦਿੰਦਾ ਸੀ। ਅੱਜ ਵੀ ਮੈਂ ਜਿੱਥੇ ਮੈਨੂੰ ਪਤਾ ਆਂਡੇ ਕਿੱਥੇ ਪਏ ਗਵਰਨਮੈਂਟ ਆਫ ਇੰਡੀਆ ਕੋਲ, ਉਹ ਮੈਂ ਸਾਰੇ ਗਿੱਦੜਬਾਹ ਵਾਸਤੇ ਲੈ ਕੇ ਆਉਂ। ਅਤੇ ਤੁਸੀਂ ਸੁਖਵੀਰ ਜੀ ਦਾ ਨਾਮ ਲਿੱਤਾ,
ਤੁਹਾਡੇ ਰਿਲੇਸ਼ਨ ਪਿਛਲੇ ਸਮੇਂ ਦੇ ਵਿੱਚ ਬੈਟਰ ਹੋਏ ਨੇ ਜਾਂ ਬਹੁਤ ਵਧੀਆ ਮੈਂ ਕਹਿ ਸਕਦਾ? ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਸਾਡੀ ਜਿਹੜੀ ਹੈ ਤਲਖੀ ਜਿਹੜੀ ਹੈ ਖਤਮ ਹੋ ਗਈ, ਕਸ਼ੀਦਗੀ ਨਹੀਂ ਹੈ, ਸਾਡੀ ਦੁਸ਼ਮਣੀ ਨਹੀਂ ਹੈ, ਸਾਡੇ ਮਤਲਬ ਸਿਆਸਤ ਅਲੱਗ ਅਲੱਗ ਹੈ, ਪਰ ਮਤਲਬ ਉਹ ਖਤਮ, ਉਹ ਚੈਪਟਰ ਖਤਮ। ਮੈਂ ਉਹੀ ਪੁੱਛ ਰਿਹਾ, ਵਾਪਸ ਦਿਲ ਮਿਲ ਗਏ ਭਰਾਵਾਂ ਦੇ? ਜਿੰਨਾ ਕੁ ਭਰਾਵਾਂ ਦੇ ਦਿਲ, ਮਤਲਬ ਇੱਕ ਸਿਆਸਤ ਤੋਂ ਵੱਖ, ਮਤਲਬ ਉਹਨਾਂ ਦੀ ਪੋਲੀਟਿਕਸ ਆਪਣੀ ਹੈ, ਮੇਰੀ ਪੋਲੀਟਿਕਸ ਆਪਣੀ ਹੈ, ਔਰ ਸਾਡੀ ਪੋਲੀਟਿਕਸ ਐਕਚੁਲੀ ਕਦੀ ਵੀ ਇਕੱਠੀ ਨਹੀਂ ਰਹੀ। ਜਦੋਂ ਅਸੀਂ ਅਕਾਲੀ ਦਲ 'ਚ ਵੀ ਹੁੰਦੇ ਸੀ ਤਾਂ ਉਹ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਰਮੇਸ਼ ਵਿਨਾਇਕ ਸਾਹਿਬ ਨੇ ਕਿ ਸੁਖਬੀਰ ਕਹਿੰਦਾ ਕਿ ਮਨਪ੍ਰੀਤ ਜਿਹੜਾ ਹੈ ਉਹ 100 ਰੁਪਇਆ ਬਚਾਉਣ ਦੀ ਹਮੇਸ਼ਾ ਗੱਲ ਕਰਦਾ, ਅਤੇ ਸੁਖਬੀਰ ਕਹਿੰਦਾ ਕਿ ਮੈਂ 100 ਰੁਪਏ ਤੋਂ 300 ਰੁਪਇਆ ਬਣਾਉਣ ਦੀ ਪੋਲੀਟਿਕਸ ਕਰਦਾ। ਤਾਂ ਮੈਂ ਕਿਹਾ ਵੀ ਇਹਦੇ ਤੱਕ ਤਾਂ ਮੈਨੂੰ ਉਹ ਪਰੂਫ ਮਿਲਿਆ ਨਹੀਂ, ਅਤੇ ਜਦੋਂ ਤਾਈਂ 100 ਦਾ 300 ਨਹੀਂ ਹੁੰਦਾ ਮੈਂ ਆਪਣਾ 100 ਬਚਾ ਕੇ ਰੱਖੂੰਗਾ। ਸੋ ਇਹ ਡਿਫਰੈਂਸਿਸ ਸਾਡੇ ਪੋਲੀਟੀਕਲ ਡਿਫਰੈਂਸਿਸ ਤਾਂ ਰਹੇ ਹੈ, ਬਟ ਸਾਡਾ ਪਰਸਨਲ, ਕਿਉਂਕਿ ਰਾਜਨੀਤੀ ਜਿਹੜੀ ਹੁੰਦੀ ਨਾ ਇਹ ਦੁਸ਼ਮਣੀ ਨਹੀਂ ਹੁੰਦੀ, ਪਰ ਰਾਜਨੀਤੀ ਦਾ ਕੋਈ ਮਕਸਦ ਵੀ ਹੋਣਾ ਚਾਹੀਦਾ, ਔਰ ਰਾਜਨੀਤੀ ਦਾ ਮਕਸਦ ਇਹ ਵੀ ਨਹੀਂ ਕਿ ਮੈਂ ਥਾਣੇ ਤਹਿਸੀਲ ਦੇ ਕੰਮ ਕਰਾਈ ਜਾਵਾਂ ਜਾਂ ਮੈਂ ਸਾਰਾ ਦਿਨ ਇੱਕ ਦੂਜੇ ਦੀ, ਜਿਵੇਂ ਤੁਸੀਂ ਕਿਹਾ ਕਿਤੇ ਰਾਜੇ ਵੜਿੰਗ ਦੇ ਖਿਲਾਫ਼ ਬੋਲ ਕੇ, ਤੁਸੀਂ ਕੋਸ਼ਿਸ਼ ਵੀ ਕੀਤੀ ਯਾਰ, ਰਾਜਨੀਤੀ ਦਾ ਇੱਕ ਹਾਇਰ ਮਕਸਦ ਵੀ ਹੈ। ਰਾਜਨੀਤੀ ਦਾ ਮਕਸਦ ਹੈ ਕਿ ਸਾਡੇ ਮੁਲਕ 'ਚੋਂ ਗਰੀਬੀ ਖਤਮ ਹੋ ਜਾਵੇ, ਅਨਪੜ੍ਹਤਾ ਕਿਵੇਂ ਦੂਰ ਹੋਵੇ, ਬੇਰੁਜ਼ਗਾਰੀ ਕਿਵੇਂ ਦੂਰ ਹੋਈ। ਇਹ ਮੁਲਕ ਜਿਹੜਾ ਹੈ ਇਹ ਰਿਉੜੀਆਂ ਵੇਚ ਕੇ ਜਾਂ ਮੂੰਗਫਲੀਆਂ ਵੱਟੇ ਨਹੀਂ ਮਿਲਿਆ ਸੀ, ਇਹ ਲੱਖਾਂ ਕਰੋੜਾਂ ਆਦਮੀਆਂ ਨੇ ਆਪਣੇ ਜਵਾਨੀਆਂ ਬਰਬਾਦ ਕੀਤੀਆਂ, ਔਰ 70-75 ਸਾਲ ਹੋ ਗਏ ਹੈ, ਉਹ ਜਿਹੜੇ ਸੁਪਨੇ ਸੀ ਔਰ ਖਾਸ ਕਰਕੇ ਪੰਜਾਬ ਦੇ ਸੁਪਨੇ ਸੀ ਉਹ ਸਹਿਕਾਰ ਨਹੀਂ ਹੋ ਸਕੇ। ਆਹ ਤੁਹਾਡੇ ਹੱਥ 'ਚ ਇੱਕ ਟੈਲੀਫੋਨ ਹੈ, ਇਹ ਹੋ ਸਕਦਾ ਕਿ ਇਹ ਟੈਲੀਫੋਨ ਦੀ ਕੀਮਤ ਜਿਹੜੀ ਹੈ 20,000 ਹੋਵੇ, ਪਰ ਮੈਂ ਇਹ ਟੈਲੀਫੋਨ ਜਿਹੜਾ ਹੈ 1,00,000 ਰੁਪਏ 'ਚ ਖਰੀਦਿਆ। ਪੰਜਾਬ ਨੂੰ ਆਜ਼ਾਦੀ ਬੜੀ ਮਹਿੰਗੀ ਪਈ, ਸਾਡਾ 10 ਲੱਖ ਬੰਦਾ ਕਤਲ ਹੋਇਆ, ਯੂਨੋ ਸਾਡੇ ਹਰ ਦੂਸਰਾ ਖਾਨਦਾਨ ਜਿਹੜਾ ਪੰਜਾਬ 'ਚ ਰਹਿੰਦਾ ਇਹ ਪਾਕਿਸਤਾਨ ਤੋਂ ਉੱਜੜ ਕੇ ਆਏ, ਆਪਣੀ ਜਾਇਦਾਦਾਂ ਛੱਡੀਆਂ, ਦੁਕਾਨਾਂ ਛੱਡੀਆਂ, ਮੁਹੱਲੇ ਛੱਡੇ, ਦੋਸਤੀਆਂ ਛੱਡੀਆਂ, ਕਿ ਇੱਕ ਆਜ਼ਾਦ ਮੁਲਕ 'ਚ ਜਾ ਰਹੇ ਹਾਂ, ਮਿਹਨਤ ਅਤੇ ਮੁਹੱਬਤ ਨਾਲ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਵਾਂਗੇ। ਉਹ ਸੁਪਨੇ ਪੂਰੇ ਨਹੀਂ ਹੋਏ, ਰਾਜਨੀਤੀ ਦਾ ਇਹ ਮਕਸਦ ਹੈ ਕਿ ਉਹ ਸੁਪਨੇ ਕਿਵੇਂ ਪੂਰੇ ਕਰੀਏ। ਦੇਖੋ ਮੈਂ 1-2 ਸਵਾਲ ਹੋਰ ਲਾਊਂਗਾ, ਆਪਾਂ ਵਾਈਂਡ ਅਪ ਵਾਲੇ ਪਾਸੇ ਵਧਾਂਗੇ। ਬਾਦਲ ਸਾਹਿਬ, ਸੁਖਬੀਰ ਬਾਦਲ ਦੇ ਨਾਲ ਤੁਹਾਡੀ ਨੇੜਤਾ, ਸੁਖਬੀਰ ਬਾਦਲ ਦੇ ਰਾਈਟ ਹੈਂਡ ਨੂੰ ਸੁਖਬੀਰ ਬਾਦਲ ਦੂਰ ਕਰ ਗਈ, ਮੈਂ ਡਿੰਪੀ ਢਿੱਲੋਂ ਦਾ ਜ਼ਿਕਰ ਕਰ ਰਿਹਾ। ਕਹਿੰਦੇ ਤੁਸੀਂ, ਤੁਹਾਡਾ ਜਿਹੜਾ ਸਟਾਈਲ ਸੀ ਪਿਛਲੇ 2-3 ਮਹੀਨਿਆਂ ਦੇ ਵਿੱਚ, 4 ਮਹੀਨਿਆਂ ਦੇ ਵਿੱਚ ਸੀਗਾ ਕਿ ਤੁਸੀਂ ਗਿੱਦੜਬਾਹਾ ਦੇ ਪਿੰਡਾਂ ਦੇ ਵਿੱਚ ਗਏ, ਉੱਥੇ ਜਾ ਕੇ ਕਿਹਾ ਕਿ ਨਹੀਂ ਨਹੀਂ ਮੇਰੀ ਅਤੇ ਸੁਖਬੀਰ ਦੀ ਤਾਂ ਘਿਓ ਖਿਚੜੀ ਹੈ, ਤੁਸੀਂ ਬੇਫਿਕਰ ਰਹੋ, ਮੇਰੇ ਤੋਂ ਬਾਹਰ ਨਹੀਂ ਹੈ। ਨਹੀਂ, ਇਹ ਤਾਂ ਡਿੰਪੀ ਦੀਆਂ ਮਨ ਘੜਤ ਗੱਲਾਂ, ਮੈਂ ਕੋਈ ਐਸੀ ਗੱਲ ਨਹੀਂ ਕਹੀ, ਔਰ ਮੈਨੂੰ ਲੱਗਦਾ ਕਿ ਇਹ ਡਿੰਪੀ ਸਾਹਿਬ ਦੀ ਜਿਹੜੀ ਗੱਲ ਹੈ ਆਮ ਆਦਮੀ ਪਾਰਟੀ ਨਾਲ, ਇਹ ਇਲਾਕੇ 'ਚ ਪਤਾ ਕਈ ਮਹੀਨਿਆਂ ਤੋਂ ਚੱਲ ਰਹੀ ਸੀ, ਇਹ ਕੋਈ ਮਨਪ੍ਰੀਤ ਦੀ ਵਜ੍ਹਾ ਨਾਲ ਨਹੀਂ, ਪਰ ਇਹ ਆਮ ਆਦਮੀ ਪਾਰਟੀ ਤੋਂ ਬਹੁਤ ਖਫਾ ਰਹਿੰਦੇ ਆ ਡਿੰਪੀ ਢਿੱਲੋਂ। ਮੇਰਾ ਤਾਂ ਅਜ਼ੀਜ਼ ਹੈ ਯਾਰ, ਹਾਂ ਮੇਰਾ ਤਾਂ, ਔਰ ਜਦੋਂ ਮੇਰੇ ਸਾਹਮਣੇ ਅਸੀਂ, ਸਾਡੀ ਕਦੇ ਇੱਕ ਦੂਜੇ ਨਾਲ ਕੋਈ ਐਸੀ ਨਹੀਂ ਹੈ, ਔਰ ਮੇਰੇ ਨਾਲ ਤਾਂ ਉਹਦਾ ਵਤੀਰਾ ਹਮੇਸ਼ਾ ਚੰਗਾ ਹੀ ਰਿਹਾ। ਚੰਗਾ ਰਿਹਾ ਜਾਂ ਚੰਗਾ ਰਿਹਾ ਸੀ? ਨਹੀਂ, ਚੰਗਾ ਹੀ ਰਿਹਾ, ਚੰਗਾ ਹੀ ਰਿਹਾ। ਕਦੇ ਗੱਲ ਹੋਈ ਹੈ ਡਿੰਪੀ ਢਿੱਲੋਂ ਨਾਲ ਪਿਛਲੇ 2-4-5-10 ਸਾਲਾਂ ਦੇ ਵਿੱਚ? ਹਾਂ, ਅਕਸਰ ਹੋ ਜਾਂਦੀ ਹੈ, ਕੋਈ ਪਹਿਲਾਂ ਵੀ ਹੋਈ ਹੈ, ਕੋਈ ਐਡੀ ਗੱਲ ਨਹੀਂ ਹੈ। ਮੇਰਾ ਸਿਆਸਤ ਦੇ ਵਿੱਚ ਕੋਈ ਦੁਸ਼ਮਣ ਨਹੀਂ, ਤੁਹਾਡੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਪਰ ਜਿਹੜਾ ਦੁਸ਼ਮਣ, ਮੇਰਾ ਜਿਹੜਾ ਦੁਸ਼ਮਣ ਹੈ ਉਹ ਹੈ ਇੱਥੋਂ ਦੀ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਨਸ਼ਾਖੋਰੀ, ਵਤਨ ਦੁਸ਼ਮਣ ਕਰ ਰਿਹਾ, ਇਹ ਮਨਪ੍ਰੀਤ ਦੀਆਂ ਦੁਸ਼ਮਣ ਹੈ। ਲੋਕਾਂ ਨਾਲ ਕੀ ਦੁਸ਼ਮਣੀ ਹੈ ਯਾਰ, ਇਹਨਾਂ ਲੀਡਰਾਂ ਨਾਲ ਵੀ ਕੋਈ ਦੁਸ਼ਮਣੀ? ਸੁਖਬੀਰ ਜੀ ਨਾਲ ਗੱਲ ਹੋ ਜਾਂਦੀ? ਬਿਲਕੁਲ ਹੀ ਦੁਸ਼ਮਣੀ ਨਹੀਂ, ਗੱਲਬਾਤ ਹੋ ਜਾਂਦੀ ਹੈ ਉਹਨਾਂ ਦੇ ਨਾਲ ਕੋਈ ਵਿਆਹ ਸ਼ਾਦੀ ਤੇ, ਕੋਈ ਫੰਕਸ਼ਨ ਤੇ, ਰਾਮ ਰਮਈਆ ਦੁਆ ਸਲਾਮ, ਵੈਸੇ ਕੋਈ ਨੀ ਕਿ ਜਿਵੇਂ ਪਹਿਲਾਂ ਪਰਿਵਾਰਾਂ ਦੇ ਵਿੱਚ ਹੁੰਦਾ ਸੀ ਜਾਂ ਚਲੇ ਜਾਂਦੇ ਸੀ ਮਿਲਣ। ਇੰਨੀ ਮੈਚਿਓਰਿਟੀ ਆ ਜਾਏ, ਹੁਣ 60-60-62 ਸਾਲਾਂ ਦੇ ਹੋ ਗਏ ਹੁਣ। ਅੱਛਾ ਚਲੋ, ਇੱਕ ਮੈਂ ਡਿੰਪੀ ਢਿੱਲੋਂ ਦਾ ਜ਼ਿਕਰ ਕਰ ਰਿਹਾ। ਡਿੰਪੀ ਢਿੱਲੋਂ ਪਿਛਲੀ ਵਾਰ ਮੈਦਾਨ ਦੇ ਵਿੱਚ ਸੀ ਔਰ ਰਾਜਾ ਵੜਿੰਗ ਨੇ ਇਲਜ਼ਾਮ ਲਗਾਏ ਕਿ ਸਾਰੇ ਬਾਦਲ ਰਲੇ ਹੋਏ ਨੇ, ਉਹ ਸੇਮ ਲਾਈਨ ਹੁਣ ਵੀ? ਮੈਂ ਇਸ ਮੁੱਦੇ ਤੇ ਨਹੀਂ ਪੈਣਾ ਚਾਹੁੰਦਾ। ਕਹਿੰਦੇ ਤੁਸੀਂ ਬਠਿੰਡਾ ਸ਼ਹਿਰੀ ਤੋਂ ਸਪੋਰਟ ਕੀਤੀ ਗਿੱਦੜਬਾਹਾ ਦੇ ਵਿੱਚ, ਤਾਂ 1300 ਵੋਟਾਂ ਦਾ ਫਰਕ ਰਹਿ ਗਿਆ, ਨਹੀਂ ਤਾਂ ਫਰਕ ਬਹੁਤ ਹੁੰਦਾ।
ਮੈਂ ਇਸ ਮੁੱਦੇ ਤੇ ਨਹੀਂ ਪੈਣਾ ਇਹ ਤੂੰ ਤੂੰ ਮੈਂ ਦੀ ਰਾਜਨੀਤੀ ਮੈਨੂੰ ਨਹੀਂ ਆਉਂਦੀ ਹਾਂ ਤੁਸੀਂ ਸਪੋਰਟ ਨਹੀਂ ਕੀਤੀ ਡਿੱਬੇ ਢਿੱਲੋਂ ਮੈਂ ਇਸ ਮੁੱਦੇ ਤੇ ਨਹੀਂ ਪੈਣਾ ਚਾਹੁੰਦਾ अच्छा चलो मैं एक विरोध वाली गल भी पूछ लवां क्योंकि किसानों के विरोध का बीजेपी नूं पिछले दो चार सालों बहुत सामना करना पिया पंजाब दे विच लोक सभा चोणां दे विच हंसराज हंस नूं क्योंकि फरीदकोट के अंदर आंदी है सीट बहुत विरोध का सामना करना पिया सी तुहाडे सामने की तस्वीर है देखो गल है कि मैनूं लगदा है काफ़ी हद तक किसान जिहड़े है या किसान जथेबंदी है ये गुमराह हो रही है ये गुमराह हो रही है एम एस पी का जोड़ा मुद्दा है जो और खास करके जी एम एस पी जड़िया फसल पंजाब बीजिया जा कणक तो झोना ये पिछले 60 साल तो गवर्नमेंट ऑफ इंडिया किसी की भी सरकार हो पंजाब तो हरियाणा चो खरीद रही है और एक एक दाना और ये जोड़ा पंजाब तो हरियाणा जोड़ा इतों खरीद है ये दूजे स्टेटा च है नहीं सारे स्टेटा च एम एस पी नहीं मिलती इन्होंने और मैनू लगता कोई हो सकता है कि साढ़े बीजेपी दिया दुश्मन या देश दिया दुश्मन पार्टियां उन्होंने एक वेस्टेड इंटरेस्ट हो पंजाब नू डीस्टेबलाइज करन दा जिहड़े तीन लॉज सीगे तुहानू लगता फिर जिहड़ी तुहाडी टोन है कि उस तरीके नाल समझा नहीं पाई बीजेपी समझा नहीं पाई और चलो यार कई बार प्यो पुत्तां च भी तो बेतकल्फी हो जाती है एड्डी वड्डी गल की है और असीं किसानां नू खास करके पंजाब दे किसानां नू ਅਸੀਂ ਗੱਲ ਲਾ ਲਾ ਲਾਂਗੇ ਔਰ ਇਹ ਬਾਪ ਬੇਟੀ ਦੀ ਲੜਾਈ ਹੈ ਦੂਵਾ ਦਿਨੀ ਚਲੋ ਮੇਰਾ ਇੱਕ ਆਖਰੀ ਸਵਾਲ ਕਿਉਂਕਿ ਬਾਦਲ ਪਰਿਵਾਰ ਇੱਥੇ ਪ੍ਰਚਾਰ ਕਰਦਾ ਨਜ਼ਰ ਆਇਆ ਹਰਸਿਮਰਤ ਕੌਰ ਬਾਦਲ ਪਿਛਲੇ ਦਿਨਾਂ ਦੇ ਵਿੱਚ ਗਿੱਦੜਬਾਹਾ ਚ ਪ੍ਰਚਾਰ ਕਰ ਰਹੇ ਸੀ ਕੈਂਡੀਡੇਟ ਦਾ ਨਾਮ ਉਹਨਾਂ ਨੇ ਨਹੀਂ ਲਿਆ ਪਰ ਇਹ ਜ਼ਿਕਰ ਕਰ ਦਿੱਤਾ ਕਿ ਬਾਦਲ ਪਰਿਵਾਰ ਨੂੰ ਮੌਕਾ ਜ਼ਰੂਰ ਦਿਓ ਦੇਖੋ ਹੁਣ ਕਲੀਅਰ ਹੋ ਚੁੱਕਿਆ ਮਨਪ੍ਰੀਤ ਜੀ ਕਿ ਸੁਖਬੀਰ ਸਿੰਘ ਬਾਦਲ ਤਾਂ ਇਲੈਕਸ਼ਨ ਨਹੀਂ ਲੜਨਗੇ ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਕਲੀਅਰ ਕਾਸ਼ ਤੁਹਾਡੇ ਮੂੰਹ ਚ ਕਿਉਂ ਚੱਕਰ ਜੇ ਤੁਸੀਂ ਇਹ ਮਹੀਨਾ ਕੱਢ ਦੋਗੇ ਹਰਸਿਮਰਤ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਮੌਕਾ ਦਿਓ ਪਰ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਇਹ ਮਕਸਦ ਸੀ ਅੱਛਾ ਤੁਹਾਡੇ ਵਾਲੇ ਪਾਸੇ ਇਸ਼ਾਰਾ ਕਰ ਰਹੇ ਸੀ ਨਹੀਂ ਕਰ ਰਹੇ ਸੀ ਪਰ ਕਾਸ਼ ਸੱਚ ਹੁੰਦਾ ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਨਾਲ ਜੁੜੋ ਮੌਕਾ ਦਿਵੋ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਬਾਦਲ ਪਰਿਵਾਰ ਤੋਂ ਕੋਈ ਚੋਣ ਮੈਦਾਨ 'ਚ ਹੋਏ ਉਸ ਵੇਲੇ ਸ਼ਾਇਦ ਉਹਨਾਂ ਦੀ ਆਪਣਾ ਸੀ ਕਿ ਸੁਖਬੀਰ ਜੀ ਜਾਂ ਕੋਈ ਹੋਰ ਖੜੇ ਹੋਣਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੁੰਦਾ ਅੱਜ ਸੁਖਬੀਰ ਜੀ ਅੱਜ ਦੇਖੋ ਚਰਚਾਵਾਂ ਇਹ ਵੀ ਹੈ ਕਿ ਬਿਲਕੁਲ ਲਾਸਟ ਮੂਮੈਂਟ ਦੇ ਉੱਤੇ ਕੋਈ ਯੰਗ ਚਿਹਰਾ ਬਾਦਲ ਪਰਿਵਾਰ ਚੋਂ ਵੀ ਉਤਾਰਿਆ ਜਾ ਸਕਦਾ ਹੈ ਦੇਖੋ ਯਾਰ ਮੈਨੂੰ ਤਾਂ ਇਲੈਕਸ਼ਨ ਲੜਨਾ ਪੈਣਾ ਔਰ ਮੈਂ ਲੜ ਰਿਹਾ ਕੋਈ ਆਵੇ ਕੋਈ ਇਹ ਤਾਂ ਹੋ ਨਹੀਂ ਸਕਦਾ ਕਿ ਬਿਨਾਂ ਮੁਕਾਬਲੇ ਇਲੈਕਸ਼ਨ ਕੋਈ ਯੂਨੋ ਮਨਪ੍ਰੀਤ ਦੇ ਸਾਹਮਣੇ ਆਵੇ ਕਿਸੇ ਨਾ ਕਿਸੇ ਦਾ ਆਉਣਾ ਜਿਹਨੇ ਵੀ ਆਉਣਾ 100 ਵਾਰੀ ਆਉਣ ਤੇ ਜਮ ਜਮ ਆਉਣ ਤੁਸੀਂ ਇਨਕਲੂਡਿੰਗ ਸੁਖਬੀਰ ਬਾਦਲ ਤੇ ਪਰਿਵਾਰ ਨੂੰ ਕਹਿ ਰਹੇ ਕੋਈ ਵੀ ਆਵੇ ਯਾਰ ਮੈਨੂੰ ਤਾਂ ਇਲੈਕਸ਼ਨ ਲੜਨਾ ਪੈਣਾ ਮੈਂ ਤਾਂ ਜ਼ਿੰਦਗੀ ਜੋ ਵੀ ਚੀਜ਼ ਹਾਸਲ ਕੀਤੀ ਹੈ ਮਿਹਨਤ ਔਰ ਇਹਨਾਂ ਸੰਘਰਸ਼ ਨੇ ਕੀਤੀ ਚਲੋ ਮੈਂ ਇੱਕ ਆਖਰੀ ਸਵਾਲ ਤੁਸੀਂ ਵੈਸੇ ਸਿੱਧੇ ਤੌਰ ਤੇ ਉਹ ਜਵਾਬ ਨਹੀਂ ਦਿੱਤਾ ਪਰ ਫਿਰ ਵੀ ਮਨਪ੍ਰੀਤ ਬਾਦਲ ਦਾ ਮੁਕਾਬਲਾ ਸਿੱਧੇ ਤੌਰ ਤੇ ਕਿਸ ਦੇ ਨਾਲ ਹੈ ਜੇ ਟੌਪ ਦੀਆਂ ਦੋ ਪਾਰਟੀਆਂ ਇੱਕ ਤੁਸੀਂ ਖੁਦ ਨੂੰ ਕਹੋਗੇ ਦੂਜਾ ਤੁਹਾਨੂੰ ਟੱਕਰ 'ਚ ਕੌਣ ਨਜ਼ਰ ਆਉਂਦਾ ਮਨਪ੍ਰੀਤ ਬਾਦਲ ਦੀ ਲੜਾਈ ਮੈਂ ਫਿਰ ਕਹਿ ਰਿਹਾ ਇੱਥੋਂ ਦੀ ਗੁਰਬਤ ਨਾਲ ਇੱਥੋਂ ਦੀ ਰਿਸ਼ਵਤ ਨਾਲ ਬੇਰੁਜ਼ਗਾਰੀ ਨਾਲ ਹੈ ਔਰ ਇਹ ਦੁਸ਼ਮਣਾਂ ਨੂੰ ਹਰਾਉਣਾ ਹੈ ਇਹਨਾਂ 'ਤੇ ਅਸੀਂ ਇਹਨਾਂ ਨੂੰ ਸ਼ਿਕਸਤ ਦੇਣੀ ਹੈ ਔਰ ਇਹਨਾਂ ਨੂੰ ਹਰਾਉਣਾ ਮਤਲਬ ਤੁਸੀਂ ਨਾਮ ਨਹੀਂ ਲਓਗੇ ਇਹ ਤਾਂ ਲੋਕ ਫੈਸਲਾ ਕਰਨਗੇ ਯਾਰ ਕਿਹਦੇ ਨਾਲ ਲੜਾਈ ਹੈ ਲੋਕਾਂ ਨੇ ਦੱਸਣਾ ਮਨਪ੍ਰੀਤ ਕੀ ਦੱਸ ਸਕਦਾ ਕਿ ਮੇਰਾ ਮੁਕਾਬਲਾ ਕਿਹਦੇ ਨਾਲ ਹੈ ਮੈਂ ਜਾਂ ਤਾਂ ਕਿਸੇ ਤੁਸੀਂ ਜੋਤਸ਼ੀ ਨੂੰ ਪੁੱਛੋ ਮੈਂ ਤਾਂ ਜੋਤਸ਼ੀ ਹੈ ਨਹੀਂ ਮੈਂ 7 ਇਲੈਕਸ਼ਨ ਲੜਿਆ 5 ਜਿੱਤਿਆ 2 ਹਾਰਿਆ ਜਿਹੜੇ ਮੈਂ 5 ਜਿੱਤਿਆ ਮੈਨੂੰ ਨਹੀਂ ਪਤਾ ਹੁੰਦਾ ਸੀ ਕਿ ਮੈਂ ਜਿੱਤ ਰਿਹਾ ਜਿਹੜੇ ਮੈਂ ਹਾਰ ਰਿਹਾ ਮੈਨੂੰ ਨਹੀਂ ਪਤਾ ਸੀ ਵੀ ਮੈਂ ਹਾਰ ਰਿਹਾ ਰਹੋਗੇ ਹੁਣ ਗਿੱਦੜਬਾਹਾ ਇਹ ਕਲੀਅਰ ਜਿੰਨਾ 2027-32 ਜੋ ਵੀ ਇਹ ਤਾਂ ਪਰਮਾਤਮਾ ਨੂੰ ਪਤਾ ਹੈ ਜਿੰਨੀ ਬਕਾਇਆ ਉਮਰ ਹੈ ਜੀ 5 ਸਾਲ ਹੈ 10 ਸਾਲ ਹੈ 12 ਸਾਲ ਹੈ ਇਹ ਤਾਂ ਉਮਰਾਂ ਦਾ ਤਾਂ ਰੱਬ ਨੂੰ ਪਤਾ ਹੈ ਪਰ ਜਿੰਨੀ ਉਮਰ ਬਕਾਇਆ ਰਹਿ ਗਈ ਇਹ ਗਿੱਦੜਵੇ ਹਲਕੇ ਦੇ ਲੋਕਾਂ ਦੀ ਸੇਵਾ 'ਚ ਖਰਚ ਕਰਾਂਗੇ ਔਰ ਜਿੱਤ ਹਾਰ ਮੇਰੇ ਕਰਮਾਂ ਦੀ ਹੈ ਲੋਕੋ ਤੁਸੀਂ ਟੈਨਸ਼ਨ ਨਾ ਲਿਓ